जस्ट भी देख रहे हो तुसीं, मैं केपी सिंह तुहाडा स्वागत करदा। बठिंडा ते फिरोजपुर अजिहे हल्के हैगे आ जिथे बादल जोड़ी खुद मैदान विच उतरी हैगी आ। प्रकाश सिंह बादल साबका मुख्यमंत्री पंजाब ते श्रोमणी अकाली दल दे सरप्रस्त, उन्हां ने खुद ऐलान किया ते उस तो बाद इन्हां नूं मैदान च उतारिया गया। सवाल यह हैगा कि प्रकाश सिंह बादल दी उम्र दे तकाजे हिसाब नाल उन्हां दी तबीयत उन्नी ज़्यादा नहीं वधिया हैगी कि वह लंबा प्रचार कर सकन ते वह इलैक्शन लड़ सकन, अज की स्थिति यह कहती है। तो उस तो बाद जदों सुखबीर सिंह बादल ते हर सिंह को बादल दोबारा लोग सभा चोणां दे विच मैदान विच उतरन, हर सिंह को बादल पहलां भी लड़ चुकी है ते सुखबीर सिंह बादल भी पहलां लोग सभा चोणां लड़ चुकी है, जे दोनों जित गए तो दोनों पंजाब चो बाहर चले जाणगे। साडा सवाल इक्को ही होवेगा कि पंजाब चो बादल आउट हो जाणगे। ਬਾਦਲਾਂ ਦੀ ਸਿਆਸਤ ਅੱਜ ਬਹਿਸ ਇਸ ਲਈ ਕਰ ਰਹੇ ਹਾਂ, ਟੂ ਦਾ ਪੁਆਇੰਟ ਵੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ। ਮਿਸ਼ਨ 2019 ਲਈ ਬਾਦਲ ਜੋੜੇ ਦੇ ਸਿਆਸੀ ਅਖਾੜੇ 'ਚ ਉਤਰਨ 'ਤੇ ਛਿੜੀ ਨਵੀਂ ਬਹਿਸ, ਸੁਖਬੀਰ ਹਰ ਸਿੰਘ ਦੇ ਚੋਣਾਂ ਲੜਨ ਨਾਲ ਬਾਦਲ ਪਰਿਵਾਰ ਦਾ ਸੂਬਾ ਸਿਆਸਤ 'ਚ ਆਧਾਰ ਘਟੇਗਾ, ਇਹ ਚਰਚਾ ਛਿੜ ਗਈ ਹੈ। ਬਠਿੰਡਾ ਤੋਂ ਹਰ ਸਿੰਘ ਕੋ ਬਾਦਲ ਅਤੇ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਉਮੀਦਵਾਰ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨੂੰ ਪੁੱਤ ਦੇ ਚੋਣ ਲੜਨ ਦਾ ਖੁਦ ਐਲਾਨ ਕੀਤਾ। ਸੁਖਬੀਰ ਸਿੰਘ ਬਾਦਲ ਮੌਜੂਦਾ ਵੇਲੇ ਜਲਾਲਾਬਾਦ ਤੋਂ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ। ਹਰ ਸਿੰਘ ਕੋ ਬਾਦਲ ਹੱਥ ਕੇਂਦਰੀ ਕੈਬਨਿਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਹੈਗੀ ਆ। ਸਵਾਲ ਇੱਕੋ ਪੁੱਛਾਂ, ਵੱਡਾ ਸਵਾਲ ਇਹ ਪੁੱਛਾਂਗੇ ਇਸ ਡਿਬੇਟ ਦੇ ਵਿੱਚ, ਬਾਦਲ ਜੋੜੀ ਦੇ ਲੋਕ ਸਭਾ ਚੋਣਾਂ 'ਚ ਖੜਨ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਹੈ? ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਪ੍ਰੋਫੈਸਰ ਤੁਹਾਡਾ ਬਹੁਤ ਸਵਾਗਤ ਹੈ। ਅਮਰਦੀਪ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਆ, ਧਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮਨਪ੍ਰੀਤ ਸਿੰਘ ਬਨੀ ਸੰਧੂ ਕਾਂਗਰਸ ਦੇ ਬੁਲਾਰੇ ਆ, ਬਨੀ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸੰਘੇੜਾ ਆਮ ਆਦਮੀ ਪਾਰਟੀ ਬੁਲਾਰੇ ਆ, ਜਗਤਾਰ ਸਿੰਘ ਸੰਘੇੜਾ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਮਨਪ੍ਰੀਤ ਸਿੰਘ ਬਨੀ ਸੰਧੂ ਤੁਹਾਨੂੰ ਕਰਨਾ ਚਾਹੂੰਗਾ। ਮਨਪ੍ਰੀਤ ਜੀ, ਬਾਦਲ ਪਰਿਵਾਰ ਨੂੰ ਤੁਸੀਂ ਆਊਟ ਕਰਨਾ ਚਾਹੁੰਦੇ ਹੋ ਪੰਜਾਬ 'ਚੋਂ? ਦੇਖੋ, ਅਸੀਂ ਬਾਦਲ ਪਰਿਵਾਰ ਨੂੰ ਆਊਟ ਕਰਨ ਲਈ ਕੋਈ ਸਾਡੀ ਇੱਛਾ ਨਹੀਂ ਹੈਗੀ। ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਆਊਟ ਕਰਤਾ, ਪਹਿਲਾਂ 2017 'ਚ ਕਰਤਾ, ਫਾਈਨਲ ਨੇਲ ਇਨ ਦ ਕੋਫਿਨ 2019 'ਚ ਆਜੂਗਾ, ਤੁਹਾਡੇ ਸਾਹਮਣੇ ਰਿਜ਼ਲਟ 23 ਮਈ ਨੂੰ ਆਜੂਗਾ। ਤੁਸੀਂ ਤਾਂ ਬੜੇ ਸਾਲਾਂ ਤੋਂ ਕਹਿ ਰਹੇ ਹੋ ਅਸੀਂ ਬਾਦਲ ਪਰਿਵਾਰ ਨੂੰ ਆਊਟ ਕਰਨਾ, ਅਸੀਂ ਤਾਂ ਕਹਿੰਦੇ ਹੀ ਨਹੀਂ। ਹਾਂ, ਸਾਨੂੰ ਤਾਂ ਇਹ ਸੂਟ ਕਰਦੇ ਨੇ, ਸੂਟ ਕਰਦੇ ਆ, ਬਹੁਤ ਸੂਟ ਕਰਦੇ ਨੇ। ਜਿਹੋ ਜਿਹੀ ਇਹਨਾਂ ਦੀ ਕਰਤੂਤਾਂ ਨੇ ਲੋਕਾਂ ਨੇ ਇਹਨੂੰ ਚੱਕ ਕੇ ਆਪੇ ਪਾਸੇ ਬਿਠਾਤਾ, ਜੱਗ ਜ਼ਾਹਿਰ ਹੋ ਗਈਆਂ, ਸਭ ਦੇ ਸਾਹਮਣੇ ਆ ਗਈਆਂ, ਦੁਨੀਆ ਭਰ ਦੇ ਸਿੱਖ ਕੌਮ ਦੇ ਵਿੱਚ, ਦੁਨੀਆ ਭਰ ਦੇ ਲੋਕਾਂ ਦੀ ਨਿਗਾਹ ਦੇ ਵਿੱਚ ਬਾਦਲ ਪਰਿਵਾਰ ਟੋਟਲੀ ਐਕਸਪੋਜ਼ ਹੋ ਚੁੱਕਿਆ। ਸੂਟ ਕਿਵੇਂ ਕਰਦਾ, ਮੈਨੂੰ ਇਹ ਨਹੀਂ ਸਮਝ ਆਈ ਗੱਲ। ਇਹੋ ਜਿਹੇ ਵੀਕ ਓਪੋਨੈਂਟ ਹੋਣਗੇ ਤੇ ਸਾਨੂੰ ਤਾਂ ਸੂਟ ਕਰਨਗੇ। ਇਹ ਵੀਕ ਓਪੋਨੈਂਟ ਨੇ ਤੁਹਾਨੂੰ 10 ਸਾਲ ਬਾਅਦ ਰੱਖਿਆ? ਉਹ 10 ਸਾਲ ਰੱਖਿਆ, ਫਿਰ ਆਪਣੀ ਕਰਤੂਤਾਂ ਵੀ ਦਿਖਾਤੀਆਂ ਨੇ ਲੋਕਾਂ ਨੂੰ, ਅੱਜ ਐਕਸਪੋਜ਼ ਹੋਏ ਖੜੇ ਨੇ ਲੋਕਾਂ ਦੇ ਦਿਲਾਂ 'ਚ। ਠੀਕ ਹੈ, ਲੋਕਾਂ ਦੀ ਨਿਗਾਹ 'ਚ, ਲੋਕਾਂ ਦੇ ਦਿਲਾਂ 'ਚ ਇਹਨਾਂ ਦੀਆਂ ਕਰਤੂਤਾਂ, ਇਹਨਾਂ ਦੀ ਕਾਰਸਤਾਨੀਆਂ, ਇਹਨਾਂ ਦੀ ਲੁੱਟ ਖੋਹ ਜਿਹੜੀ ਪੰਜਾਬ ਦੀ ਕੀਤੀ ਹੈ, ਉਹ ਲੋਕਾਂ ਨੇ ਉਹਦਾ ਫਤਵਾ ਲੋਕਾਂ ਨੇ ਦਿੱਤਾ 2017 'ਚ। ਠੀਕ ਹੈ, ਇਹ ਪਹਿਲੀ ਵਾਰ ਹੋਇਆ ਹੈ ਕਿ 14 ਜਾਂ 12 ਤੇ ਆ ਕੇ ਖੜ ਗਏ ਨੇ, ਇਹ ਲੋਕਾਂ ਦਾ ਫਤਵਾ ਹੈ, ਉਹਨੂੰ ਅਸੀਂ ਰਿਸਪੈਕਟ ਕਰੀਏ। ਵਾਪਸ ਆਉਂਗਾ ਤੁਹਾਡੇ ਕੋਲ। ਤਾਰਨੀ ਸਾਹਿਬ, ਬਠਿੰਡਾ ਤੇ ਫਿਰੋਜ਼ਪੁਰ ਦੋਨੋਂ ਜਿੱਤ ਜਾਓਗੇ ਤੁਸੀਂ? ਬਿਲਕੁਲ ਜਿੱਤਾਂਗੇ ਜੀ, ਡਾਂਕੇ ਦੀ ਚੋਟ ਤੇ ਜਿੱਤਾਂਗੇ। ਇਹਦਾ ਮਤਲਬ ਬਾਦਲ ਪਰਿਵਾਰ ਆਊਟ ਹੋ ਜਾਊਗਾ ਪੰਜਾਬ? ਬਿਲਕੁਲ ਨਹੀਂ ਆਊਟ ਹੋਊਗਾ। ਨਹੀਂ, ਜੇ ਦੋਨੋਂ ਜਿੱਤ ਗਏ ਫਿਰ ਕੇਂਦਰ ਚਲੇ ਗਏ? ਨਹੀਂ, ਦੋਨੋਂ ਤੁਸੀਂ ਮੰਤਰੀ ਬਣ ਜਾਣਗੇ। ਮੇਰਾ ਜਵਾਬ ਲਾਓ ਤੁਸੀਂ। ਹਾਂ, ਜੇ ਬੀਜੇਪੀ ਦੀ ਗਵਰਨਮੈਂਟ ਆਉਂਦੀ ਹੈ, ਐਨਡੀ ਦੀ ਗਵਰਨਮੈਂਟ ਆਉਂਦੀ ਹੈ, ਮੰਤਰੀ ਬਣੋਗੇ ਨਾ? ਬੀਬੀ ਹਰਸਿਮਰਤ ਕੌਰ ਬਾਦਲ ਪਹਿਲਾਂ ਵੀ ਸੈਂਟਰ ਦੇ ਵਿੱਚ ਹੀ ਪੰਜਾਬ ਦੀ ਨੁਮਾਇੰਦਗੀ ਕਰਦੇ ਰਹੇ ਆ ਔਰ ਸੇਵਾ ਕਰਦੇ ਰਹੇ ਆ। ਦੂਜੀ ਗੱਲ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਆ ਉਹ ਉੱਥੇ ਜਾਂਦੇ ਹੈਗੇ ਆ ਦਿੱਲੀ ਦੇ ਵਿੱਚ, ਤਾਂ ਉਹਨਾਂ ਲਈ ਕੋਈ ਪੰਜਾਬ ਦੇ ਵਿੱਚ ਬੈਨ ਨਹੀਂ ਲੱਗ ਜਾਣਾ ਹੈਗਾ। ਔਰ ਨੰਬਰ 2 ਤੇ ਜਿਹੜੀ ਗੱਲ, ਜੇ ਉਹ ਵੀ ਮੰਤਰੀ ਬਣ ਗਏ, ਧਾਰਨੀ ਸਾਹਿਬ, ਨਹੀਂ ਨਹੀਂ, ਜੇ ਉਹ ਵੀ ਮੰਤਰੀ ਬਣ ਗਏ, ਹਰ ਸਿੰਘ ਬਾਦਲ ਵੀ ਮੰਤਰੀ ਬਣ ਗਏ, ਤੇ ਫਿਰ ਪੰਜਾਬ ਵੱਲ ਤਾਂ ਧਿਆਨ ਰਹਿਣਾ ਹੀ ਨਾ। ਚਲੋ, ਤੁਹਾਡਾ ਮੂੰਹ ਮੁਬਾਰਕ ਹੋਵੇ ਕਿ ਦੋਵੇਂ ਮੰਤਰੀ ਬਣ ਜਾਣ, ਤਾਂ ਦੇ ਪੰਜਾਬ ਦੀ, ਪੰਜਾਬ ਦੀ ਹੋਰ ਵੀ ਸੇਵਾ ਹੋਊਗੀ। ਤੁਸੀਂ ਚਾਹੁੰਦੇ ਹੋ ਐਨਡੀਏ ਦੀ ਗਵਰਨਮੈਂਟ ਆਵੇ, ਦੋਨੋਂ ਮੰਤਰੀ ਬਣ, ਪੰਜਾਬ ਦੀ ਹੋਰ ਵੀ ਸੇਵਾ ਹੋਊਗੀ। ਦੇਖੋ, ਗੱਲ ਇਹ ਹੈ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਹੁੰਦਾ ਨਾ, ਉਹ ਚਾਹੇ MLA ਹੋਵੇ, ਚਾਹੇ MP ਹੋਵੇ, ਚਾਹੇ ਉਹ ਦਿੱਲੀ ਦੇ ਵਿੱਚ ਸੇਵਾ ਕਰਦਾ ਹੋਵੇ, ਚਾਹੇ ਪੰਜਾਬ ਦੇ ਵਿੱਚ ਕਰਦਾ ਹੋਵੇ, ਉਹਨੂੰ ਤੁਸੀਂ ਆਊਟ ਨਹੀਂ ਮੰਨ ਸਕਦੇ। ਠੀਕ ਹੈ, ਨਹੀਂ, ਸੇਵਾ ਕਰਨੀ ਹੁੰਦੀ ਆ ਔਰ ਆਪਣੀ ਸਟੇਟ ਦੀ ਸੇਵਾ ਕਰਨੀ ਹੁੰਦੀ ਆ। ਠੀਕ ਠੀਕ ਹੈ। ਜਗਤਾਰ ਸਿੰਘ ਸੰਘੇੜਾ, ਇਹ ਵਿਰੋਧੀ ਪਾਰਟੀਆਂ ਲਈ ਬੜਾ ਔਖਾ ਇਹ ਗੱਲ ਕਹਿਣਾ ਕਿ ਪੰਜਾਬ ਦੀ ਸਿਆਸਤ 'ਚੋਂ ਬਾਦਲ ਆਊਟ ਹੋ ਜਾਣਗੇ, ਕਿਉਂਕਿ ਜੇ ਵਿਰੋਧੀ ਪਾਰਟੀਆਂ ਇਹ ਗੱਲ ਕਹਿੰਦੀ ਆ ਕਿ ਬਾਦਲ ਪੰਜਾਬ ਦੀ ਸਿਆਸਤ 'ਚ ਆਊਟ ਹੋ ਜਾਣਗੇ, ਇਹਦਾ ਮਤਲਬ ਵਿਰੋਧੀ ਬੈਕਫੁੱਟ 'ਤੇ ਆ, ਬਾਦਲ ਪਰਿਵਾਰ ਜਿੱਤ ਰਿਹਾ। ਸੰਘੜਾ ਸਾਹਿਬ, ਨਹੀਂ, ਇਸ ਤਰ੍ਹਾਂ ਨਹੀਂ ਹੈ। ਮੈਂ ਇਸ ਚੀਜ਼ ਨੂੰ ਸਾਰੀ ਨੂੰ ਹੋਰ ਤਰ੍ਹਾਂ ਦੇਖਦਾ ਹਾਂ। ਜਿਹੜੇ ਵੱਡੇ ਘਰਾਣੇ ਆ, ਚਾਹੇ ਕੈਪਟਨ ਸਾਹਿਬ ਦਾ ਘਰਾਣਾ ਆ, ਚਾਹੇ ਬਾਦਲਾਂ ਦਾ ਘਰਾਣਾ ਆ, ਇਹਨਾਂ ਲਈ ਦਿੱਲੀ ਪੰਜਾਬ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਇੱਦਾਂ ਨਹੀਂ ਹੈ ਵੀ ਦਿੱਲੀ ਜਿੱਤ ਜਾਣਗੇ ਅਤੇ ਉੱਥੇ ਮੰਤਰੀ ਜਾਣਗੇ ਚਲ ਜਾਣਗੇ ਅਤੇ ਦਿੱਲੀ ਦੇ ਹੋ ਗਏ। ਇਹ ਸਾਰੇ ਜਿਹੜੇ ਵੱਡੇ ਘਰਾਣੇ ਆ, ਕਾਨੂੰਨ ਦੀਆਂ ਧਰਾਵਾਂ ਜਿਹੜੀਆਂ ਉਹਨਾਂ ਦਾ ਮਿਸਯੂਜ਼ ਕਰਦੇ ਆ। ਹੁਣ MLA ਵੀ ਹੈਗੇ ਆ,
ਤੇ ਇਲੈਕਸ਼ਨ ਵੀ ਲੜ ਰਹੇ ਆ, ਜੇ ਉੱਧਰ ਜਿੱਤ ਕੇ ਐਮਐਲਏਸ਼ਿਪ ਛੱਡ ਦੇਣਗੇ, ਜਦੋਂ ਫਿਰ ਪੰਜਾਬ ਦੀ ਇਲੈਕਸ਼ਨ ਆਏ ਫਿਰ ਉੱਥੋਂ ਛੱਡ ਕੇ ਫਿਰ ਇੱਥੇ ਆ ਜਾਣਗੇ। ਇਹ ਸਰਕਾਰੀ ਸਹੂਲਤਾਂ ਤੁਸੀਂ ਵੀ ਕਰ ਰਹੇ ਹੋ ਫਿਰ, ਦੇਖੋ ਅਸੀਂ ਆਪਣਾ ਕੰਮ ਕਰ ਰਹੇ ਹਾਂ, ਤੁਸੀਂ ਵੀ ਉੱਥੇ ਖੜਾਤਾ, ਤੁਸੀਂ ਮਿਸ ਯੂਜ਼ ਨਹੀਂ ਕਰ ਰਹੇ। ਅਸੀਂ ਸਿਰਫ ਇੱਕ ਦੂਜੇ ਥਾਲੀ ਚ ਲੱਡੂ ਵੱਡਾ ਲੱਗਦਾ ਤੁਹਾਨੂੰ? ਨਹੀਂ ਨਹੀਂ, ਇਹ ਨਹੀਂ ਗੱਲ ਹੈਗੀ, ਅਸੀਂ ਸਿਰਫ ਇੱਕ ਕੈਂਡੀਡੇਟ ਕਢਾਇਆ, ਕਿਉਂਕਿ ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚ ਹੋਰ ਕੈਂਡੀਡੇਟ ਹੈ ਤੁਹਾਡੇ ਕੋਲੇ? ਨਹੀਂ, ਉੱਥੇ ਅਸੀਂ, ਇਹਦਾ ਮਤਲਬ ਉੱਥੋਂ ਦੇ ਲੋਕਾਂ ਨਾਲ ਧੋਖਾ ਹੋ ਰਿਹਾ ਨਾ, ਜਿਹੜੇ ਲੋਕਾਂ ਨੇ ਕੈਂਡੀਡੇਟ ਜਿਤਾਏ ਆ, ਚਾਹੇ ਉਹ ਸੁਖਵੀਰ ਸਿੰਘ ਦੀ ਗੱਲ ਕਰ ਲਓ, ਚਾਹੇ ਪ੍ਰੋਫੈਸਰ ਬਜਿੰਦਰ ਕੌਰ ਦੀ ਗੱਲ ਕਰ ਲਓ, ਅਸੀਂ ਉਸ ਹਿਸਾਬ ਨਾਲ ਕੈਂਡੀਡੇਟ ਦੇਣਾ ਸੀ ਨਾ ਜਿੱਥੇ ਬੀਬੀ ਹਰਸਿਮਰਤ ਕੌਰ ਬਾਦਲ ਨੇ, ਉਹਨਾਂ ਦੇ ਮੁਕਾਬਲੇ ਚ ਅਸੀਂ ਮਹਿਲਾ ਕੈਂਡੀਡੇਟ ਹੀ ਦੇਣਾ ਸੀਗਾ, ਉਹ ਬਲਜਿੰਦਰ ਕੌਰ ਫਿੱਟ ਸੀਗੇ ਉਸ ਕੈਂਡੀਡੇਟ ਵਾਸਤੇ, ਅਸੀਂ ਸਿਰਫ ਇੱਕ ਕੈਂਡੀਡੇਟ ਦਿੱਤਾ ਆ, ਨਾਲੇ ਇਹਨਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਦਿੱਲੀ ਸੀਗੇ, ਕਿੰਨਾ ਕੁ ਤੁਹਾਨੂੰ ਲੱਗਿਆ ਵੀ ਪੰਜਾਬ ਚੋਂ ਬਾਹਰ ਨੇ ਉਹ? ਹਾਂਜੀ ਕੇਪੀ ਜੀ, ਇਹ ਮਤਲਬ ਸਿਚੁਏਸ਼ਨ ਤੁਸੀਂ ਦੇਖੋ, ਬਾਦਲਾਂ ਦੀ, ਬਾਦਲ ਜੋੜੇ ਦੀ ਵਿਚਾਰਿਆਂ ਦੀ ਮਜਬੂਰੀ ਬਣ ਗਈ ਸੀਗੀ ਇਲੈਕਸ਼ਨ ਲੜਨਾ, ਕਿਉਂ ਇਹਨਾਂ ਕੋਲ ਕੈਂਡੀਡੇਟ ਹੀ ਹੈ ਨਹੀਂ ਗੇ, ਕੈਂਡੀਡੇਟਾਂ ਦੀ ਇੰਨੀ ਕੁ ਪ੍ਰੋਬਲਮ ਆਈ ਖੜੀ ਹੈ। ਉੱਧਰ ਢੀਂਡਸਾ ਸਾਹਿਬ ਜਿਹੜੇ, ਦੇਖੋ ਸੀਰੀਅਸ ਗੱਲ ਇਹ ਹੈ, ਅੱਜ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਇਹ ਇਹਨਾਂ ਤੋਂ ਇਲਾਵਾ ਵੱਡੇ ਬਾਦਲ ਸਾਹਿਬ ਖੁਦ ਜਵਾਬ ਦੇ ਗਏ, ਮੈਂ ਇਲੈਕਸ਼ਨ ਨਹੀਂ ਲੜੂੰਗਾ। ਨਹੀਂ ਤਾਂ ਇਲੈਕਸ਼ਨ ਦਾ, ਇਲੈਕਸ਼ਨ ਆਉਂਦੇ ਸਾਰ ਬਾਦਲ ਸਾਹਿਬ ਨੂੰ ਚਾਅ ਚੜ੍ਹ ਜਾਂਦਾ ਸੀ। ਮੈਂ ਤੁਹਾਨੂੰ ਆਪਣੀ ਖੁਦ ਦੀ ਪ੍ਰੈਕਟੀਕਲ ਦੱਸ ਰਿਹਾ, ਖੁਦ ਐਕਸਪੀਰੀਅੰਸ ਦੇ ਰਿਹਾ। ਅਸੈਂਬਲੀ ਦੇ ਵਿੱਚ ਐਤਕੀ ਬਾਦਲ ਸਾਹਿਬ ਆਏ ਨਹੀਂ, ਕਿ ਜੀ ਮੇਰੀ ਤਬੀਅਤ ਖਰਾਬ ਹੈ, ਠੀਕ ਹੈ, ਲੇਕਿਨ ਉਦਣ ਦੀਆਂ ਸਾਡੇ ਕੋਲ ਉਹਨਾਂ ਦੀਆਂ ਇੰਨੀਆਂ ਜ਼ਿਆਦਾ ਫੋਟੋਗ੍ਰਾਫਸ ਆਈਆਂ ਹੋਈਆਂ ਨੇ ਕਿ ਹੱਸਦੇ ਖੇਡਦੇ ਲੋਕਾਂ ਨੂੰ ਮਿਲ ਰਹੇ ਨੇ, ਔਰ ਲੋਕਾਂ ਨਾਲ ਪੂਰੀ ਡਿਸਕਸ਼ਨ ਚੱਲ ਰਹੀ ਹੈ, ਐਂਡ ਹੀ ਵਾਜ਼ ਇਨ ਹੇਲ ਐਂਡ ਹਾਰਟੀ। ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਵੇ, ਅਸੀਂ ਉਹਨਾਂ ਨੂੰ ਦੁਆ ਕਰਦੇ ਹਾਂ, ਲੇਕਿਨ ਘੱਟੋ ਘੱਟ ਜਿਹੜੇ ਵਿਧਾਨ ਸਭਾ ਦੇ ਵਿੱਚ ਜਿਹਨੂੰ ਮੰਦਰ ਮੰਨਦੇ ਹਾਂ ਆਪਾਂ ਡੈਮੋਕ੍ਰੇਸੀ ਦਾ, ਉੱਥੇ ਵੀ ਨਹੀਂ ਆਉਣਾ, ਝੂਠ ਬੋਲ ਕੇ ਨਹੀਂ ਆਉਣਾ, ਇਹ ਬਹੁਤ ਬੜਾ ਪਾਪ ਹੈ ਲੋਕਾਂ ਦੀ ਡੈਮੋਕ੍ਰੇਸੀ ਨਾਲ। ਇੱਕ ਮਿੰਟ, ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਤੁਸੀਂ ਇੱਕ ਬੜਾ ਸਿੰਪਲ ਐਗਜ਼ਾਮਪਲ ਲੈ ਲਓ ਕਿ ਢੀਂਡਸਾ ਸਾਹਿਬ ਕੋਈ ਛੋਟੇ ਲੀਡਰ ਨਹੀਂ ਹੈਗੇ, ਗੱਦਾਵਰ ਨੇਤਾ ਨੇ। ਉਹਨਾਂ ਦੇ ਦੁੱਖ, ਉਹਨਾਂ ਦੇ ਦਰਦ, ਉਹਨਾਂ ਦੇ ਦਿਲ ਦੀ ਆਵਾਜ਼ ਜਿਹੜੀ ਹੈ ਬੁੱਲਾਂ 'ਤੇ ਆਈ ਹੈ। ਉਹਨਾਂ ਨੇ ਆਪਣੇ ਬੇਟੇ ਤੱਕ ਨੂੰ ਕਿਹਾ ਵੀ ਕਾਕਾ ਤੂੰ ਇਲੈਕਸ਼ਨ ਲੜੀ ਹੈ, ਠੀਕ ਨਹੀਂ ਹੈਗੀ ਗੱਲ, ਠੀਕ ਹੈ। ਇਸ ਕਰਕੇ ਬਾਦਲ ਜੋੜੇ ਨੂੰ ਆਪਣੇ ਆਪ ਮਜਬੂਰੀ 'ਚ ਇਸ ਲੜਾਈ 'ਚ ਕੁੱਦਣਾ ਪਿਆ, ਕਿਉਂਕਿ ਉਹਨਾਂ ਕੋਲ ਕੈਂਡੀਡੇਟ ਨਹੀਂ ਹੈਗੇ ਬਾਦਲਾਂ ਕੋਲ। ਤੁਸੀਂ ਕਹਿ ਰਹੇ ਕੈਂਡੀਡੇਟ ਹੈ ਨਹੀਂ ਸੀ, ਤੁਹਾਡੇ ਕੋਲ ਪਰਸੈਂਟੇਜ ਕੈਂਡੀਡੇਟ ਹੈਗਾ ਸੀ ਫਿਰ? ਬਿਲਕੁਲ ਸੀਗਾ, ਸਿੰਘ ਰਾਜ ਆਪਣੇ ਕੋਲ ਸਾਡੇ ਕੋਲ ਉਹਨਾਂ ਤੁਸੀਂ ਲਿਆਏ ਉੱਥੇ, ਸਾਡੇ ਕੋਲ ਤਾਂ ਜੀ ਇੱਕ ਸੀਟ ਤੇ 20 ਕੈਂਡੀਡੇਟ ਤਿਆਰ ਨੇ। ਫਿਰ ਰਾਜਾ ਵੜਿੰਗ ਨੂੰ ਕਿਉਂ ਉਤਾਰਿਆ? ਕਿਉਂ, ਰਾਜਾ ਵੜਿੰਗ ਸਾਡਾ ਸੂਟੇਬਲ ਕੈਂਡੀਡੇਟ ਹੈ, ਨਹੀਂ ਸੂਟੇਬਲ ਕੈਂਡੀਡੇਟ ਉਹ ਐਮਐਲਏ ਹੈ। ਅੱਜ ਮੇਰੀ ਗੱਲ ਨੋਟ ਕਰ ਲਓ, ਇਹਦਾ ਮਤਲਬ ਤੁਸੀਂ ਸਾਰੇ ਮਿਸਯੂਜ਼ ਕਰਦੇ ਪਏ ਹੋ ਚੀਜ਼ਾਂ ਨੂੰ। ਅੱਜ ਮੇਰੀ ਗੱਲ ਇੱਕ ਨੋਟ ਕਰ ਲਓ, ਅੱਜ ਮੇਰੀ ਗੱਲ ਨੋਟ ਕਰ ਲਓ, ਭਾਵੇਂ 24 ਤਰੀਕ ਨੂੰ ਸਵੇਰੇ ਡਿਬੇਟ ਰੱਖ ਲਿਓ ਜਾਂ 23 ਰਾਤ ਨੂੰ, ਰਾਜਾ ਵੜਿੰਗ ਬਠਿੰਡੇ ਤੋਂ 100% ਇਲੈਕਸ਼ਨ ਜਿੱਤੂਗਾ, ਠੀਕ ਹੈ। ਅੱਜ ਮੇਰੀ ਇਹ ਗੱਲ ਨੋਟ ਲੈ ਲਓ, ਤੁਸੀਂ ਇਸ ਗੱਲ ਤੋਂ ਡਿਬੇਟ ਰੱਖ ਲਿਓ ਇਸ ਮੁੱਦੇ ਤੇ, ਠੀਕ ਹੈ, ਠੀਕ ਹੈ। ਪ੍ਰਸਮਨਜੀਤ ਸਿੰਘ, ਇਹ ਸਵਾਲ ਪੁੱਛਿਆ ਜਾਣ ਲੱਗ ਪਿਆ ਪੰਜਾਬ 'ਚ, ਵੈਸੇ ਇਹ ਸਵਾਲ ਹੈ ਜਿਹੜਾ ਉਹ ਉੱਠ ਕੇ ਨਹੀਂ ਆ ਰਿਹਾ ਹੈ, ਕਿਉਂਕਿ ਵਿਰੋਧੀ ਪਾਰਟੀਆਂ ਇਹ ਸਵਾਲ ਪੁੱਛ ਨਹੀਂ ਸਕਦੀਆਂ ਗੀਆਂ, ਕਿਉਂਕਿ ਜੇ ਪੁੱਛਣਗੀਆਂ ਤਾਂ ਉਦਣ ਹੀ ਇਹ ਡਿਕਲੇਅਰ ਹੋ ਜਾਊਗਾ ਕਿ ਵਿਰੋਧੀ ਪਾਰਟੀ ਨੇ ਮੰਨ ਲਿਆ ਬਾਦਲ ਜੋੜੀ ਜਿੱਤ ਰਹੀ ਆ, ਕੀ ਪੰਜਾਬ 'ਚੋਂ ਬਾਦਲ ਆਊਟ ਹੋ ਜਾਣਗੇ? ਦੇਖੋ, ਹਾਲ ਦੀ ਘੜੀ 'ਤੇ ਕਹਿਣਾ ਬੜਾ ਮੁਸ਼ਕਲ ਹੈਗਾ ਆ, ਕਿਉਂ ਇਲੈਕਸ਼ਨ ਲੜ ਰਹੇ ਆ, ਜਾਣਗੇ ਜਾਂ ਨਹੀਂ ਜਾਣਗੇ, ਉਹ ਦੂਜਾ ਹਿੱਸਾ ਆ। ਪਹਿਲੀ ਗੱਲ ਹੈ ਕਿ ਕਿਉਂ ਮੈਦਾਨ 'ਚ ਨਿਤਰੇ, ਜਿਹੜੀ ਇੱਥੇ ਮਨਪ੍ਰੀਤ ਜੀ ਗੱਲ ਕਹਿ ਰਹੇ ਕਿ ਇਹਨਾਂ ਕੋਲ ਕੈਂਡੀਡੇਟ ਹੈ ਨਹੀਂ, ਇਹ ਗੱਲ ਨਹੀਂ ਹੈਗੀ। ਮੈਨੂੰ ਐਵੇਂ ਲੱਗਦਾ ਕਿ ਅਕਾਲੀ ਦਲ ਪਿਛਲੇ ਸਮੇਂ ਤੋਂ ਬਰਗਾੜੀ ਦਾ ਜਿਹੜਾ ਸ਼ੈਡੋ ਆ, ਉਹਦੀ ਪਰਛਾਈ ਆ, ਉਹਨਾਂ ਨੂੰ ਛੱਡ ਨਹੀਂ ਰਹੀ। ਪਹਿਲਾ ਝਟਕਾ ਤਾਂ ਜਿਵੇਂ ਟਕਸਾਲੀ ਅਕਾਲੀ ਦਲ ਬਣ ਕੇ ਲੱਗਾ, ਔਰ ਦੂਜਾ ਜਿਹੜਾ ਹੁਣ ਇੱਕ ਸਪਿਰਿਟਡ, ਡੀਸਪਿਰਿਟਡ ਜਿਸ ਤਰ੍ਹਾਂ ਹੋ ਜਾਂਦਾ, ਕੋਈ ਹਿੰਮਤ ਹਾਰ ਜਾਂਦੀ ਪਾਰਟੀ ਵਾਲੀ ਜਿਹੜੀ ਹਾਲਤ ਹੋ ਜਾਂਦੀ ਹੈ। ਹਾਲਾਂਕਿ ਸੁਖਬੀਰ ਬਾਦਲ ਉਹਨਾਂ ਨੇ ਪਿੰਡੋ ਪਿੰਡੀ ਹਰ ਕਾਂਸਟੀਚੁਐਂਸੀ 'ਚ ਜਾ ਕੇ ਬੜੀ ਮਿਹਨਤ ਕੀਤੀ ਹੈ, ਔਰ ਜਿਵੇਂ ਇੱਕ ਫੌਜੀ ਜਰਨੈਲ ਹੁੰਦਾ ਲੀਡਿੰਗ ਫਰੋਮ ਦਾ ਫਰੰਟ, ਕਿਉਂਕਿ ਦੇਖੋ ਹਰਸਿਮਰਤ ਦਾ ਤਾਂ ਪੱਕਾ ਹੀ ਸੀ, ਉਹਨਾਂ ਦੀ ਉਹ ਕਾਂਸਟੀਚੁਐਂਸੀ ਆ, ਪਹਿਲਾਂ ਵੀ ਉੱਥੋਂ ਲੜਦੇ ਆ, ਉਹਨਾਂ ਨੇ ਤਾਂ ਜਾਣਾ ਹੀ ਜਾਣਾ ਸੀ, ਉਹ ਦਿੱਲੀ ਲਈ ਹੈਗੇ ਆ, ਇਸ ਕਰਕੇ ਉਹਦੀ ਕੋਈ ਬਹੁਤੀ ਗੱਲ ਨਹੀਂ ਹੈਗੀ। ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਹੁਣੀ ਉੱਥੋਂ ਕਿਉਂ ਲੜ ਰਹੇ, ਉਹਨਾਂ ਨੂੰ ਇਹ ਲੱਗਾ ਕਿ ਜੇ ਮੈਂ ਫਰੰਟ ਤੋਂ ਲੜਦਾ ਤਾਂ ਪਾਰਟੀ ਦੇ ਵਿੱਚ ਇਸ ਗੱਲ ਦੀ ਥੋੜ੍ਹੀ ਹਿੰਮਤ ਬਣੂਗੀ, ਕੇਡਰ ਦੇ ਵਿੱਚ ਹਿੰਮਤ ਆਊਗੀ, ਹਾਰਨਾ ਜਿੱਤਣਾ ਤਾਂ ਬਾਅਦ ਦੀ ਗੱਲ ਆ, ਪਰ ਇਸ ਵੇਲੇ ਉਹਨਾਂ ਦੀ ਇੱਥੇ ਸਾਰੀ ਜਿਹੜੀ ਮੋਰਲ ਬੂਸਟਿੰਗ ਆ ਪਾਰਟੀ ਦੇ ਵਿੱਚ ਕਾਡਰ ਦੀ ਕਰਨ ਲਈ, ਉਹਦੇ ਲਈ ਇਹ ਬਹੁਤ ਜ਼ਰੂਰੀ ਸੀ। ਦੂਜੀ ਗੱਲ, ਦਿੱਲੀ ਦੇ ਵਿੱਚ ਵੀ ਪਿਛਲੀ ਵਾਂਗੂ ਕੋਈ ਵੇਵ ਨਹੀਂ ਹੈਗੀ ਜਿਹੜੀ ਐਨ ਡੀ ਏ ਦੀ,
ਤੇ ਉੱਥੇ ਜੇ ਚਲੋ ਜੇ ਜਿੱਤ ਜਾਂਦੇ ਆ ਤੇ ਉੱਥੇ ਵੀ ਇਕੱਲੇ ਇਕੱਲੇ ਬੰਦੇ ਦੀ ਬੜੀ ਸਖਤ ਜ਼ਰੂਰਤ ਹੈਗੀ ਹੈ। ਉੱਥੇ ਤੁਸੀਂ ਦੇਖਿਓਗੇ ਮਾਰਜਨ ਦੇ ਉੱਤੇ ਕੀ ਕੁਛ ਹੋਣਾ ਹੈ, ਬਹੁਤਾ ਹੰਗ ਪਾਰਲੀਮੈਂਟ ਵੱਲ ਨੂੰ ਜਿਹੜੀ ਆ ਗੱਲ ਵੱਧ ਸਕਦੀ ਹੈ। ਅਤੇ ਇਸ ਲਈ ਵੀ ਕਿਉਂਕਿ ਇਹਨਾਂ ਦਾ 9 ਮਾਰਚ ਦਾ ਰਿਸ਼ਤਾ ਲਗਾਤਾਰ BJP ਨਾਲ ਬਣਿਆ ਅਤੇ ਇੱਕ ਕਮਾਂਡ ਦਿੱਲੀਓਂ ਚੱਲਦੀ ਆ ਅਕਾਲੀ ਦਲ ਦੇ ਉੱਤੇ ਅਤੇ ਇੱਕ ਕਮਾਂਡ ਇਹਨਾਂ ਦੀ ਆਪਣੀ ਇੱਥੇ ਦੇ ਲੋਕਲ ਹਾਲਾਤ ਦੇ ਕੇ ਚੱਲਦੀ ਹੈ, ਜਿਹਦੇ ਵਿੱਚ ਉਹ ਦੋਵੇਂ ਲੜਨ ਲੱਗੇ। ਜਾਂਦੇ ਨਹੀਂ ਜਾਂਦੇ ਤੇ ਹੁਣ ਅਜੇ 23 ਤਰੀਕ ਤੋਂ ਆਪਾਂ ਬਾਅਦ ਵੇਖਾਂਗੇ, ਪਰ ਜੇ ਦੋਵੇਂ ਜਿੱਤ ਜਾਣਗੇ ਤੇ ਫਿਰ ਤੇ ਦਿੱਲੀ ਜਾਣਗੇ, ਫਿਰ ਆਊਟ ਹੋ ਜਾਣਗੇ। ਆਊਟ ਦਾ ਮਤਲਬ ਇਹ ਹੈ ਕਿ ਘੱਟੋ ਘੱਟ ਇੱਥੇ ਦੇ ਇੱਕ ਵਾਰੀ ਤੇ ਸੀਨ ਤੋਂ ਬਾਹਰ ਹੋਣਗੇ। ਜੇ ਉੱਥੇ ਨਹੀਂ ਕੋਈ ਓਡੀ ਮਿਨਿਸਟਰੀ ਮਿਲਦੀ ਤੇ ਹੋ ਸਕਦਾ। ਹੁਣ ਦੇਖੋ ਇੱਥੇ ਦੀ ਹਾਲਾਤ ਕੀ ਆ, ਇੱਥੇ ਉਹ ਲੀਡਰ ਆਫ ਅਪੋਜੀਸ਼ਨ ਵੀ ਨਹੀਂ ਹੈਗੇ, ਕੋਈ ਉਹ ਕੈਬਨਿਟ ਮਿਨਿਸਟਰ ਦਾ ਜਿਹੜਾ ਰੈਂਕ ਦਾ ਕੋਈ ਉਹਨਾਂ ਨੂੰ ਅਹੁਦਾ ਨਹੀਂ ਹੈਗਾ, ਤੇ ਇੱਥੇ ਵੀ ਤੇ ਵਿਹਲੇ ਵਾਂਗੂ ਹੀ ਆ। ਜੇ ਦਿੱਲੀ ਜਾਣਗੇ ਮਿਨਿਸਟਰ ਬਣਗੇ ਤੇ ਉਹਨਾਂ ਦਾ ਰੁਤਬਾ ਤੇ ਰਾਜਨੀਤਿਕ ਵਧੂਗਾ। ਚਲੋ ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਇਹ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੇਂਦਰ ਸ਼ਿਫਟ ਹੋ ਰਿਹਾ, ਬ੍ਰੇਕ ਤੋਂ ਵਾਪਸ ਆ ਕੇ ਸਵਾਲ ਪੁੱਛਾਂਗੇ ਜ਼ਰੂਰ। ਪੰਜਾਬ 'ਚ ਬਾਦਲ ਆਊਟ ਹੋ ਜਾਣਗੇ, ਸਵਾਲ ਇੱਕੋ ਪੁੱਛ ਰਿਹਾ, ਸਵਾਲ ਅਸੀਂ ਵੱਡਾ ਸਵਾਲ ਇਹ ਪੁੱਛ ਰਹੇ ਹਾਂ, ਬਾਦਲ ਜੋੜੀ ਦੇ ਲੋਕ ਸਭਾ ਚੋਣਾਂ 'ਚ ਖੜਨ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਹੈਗਾ? ਧਾਰਨੀ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਦੀ ਲੜਾਈ ਲੜ ਰਿਹਾ ਬਾਦਲ ਪਰਿਵਾਰ ਜਾਂ ਬਾਦਲ ਪਰਿਵਾਰ ਆਪਦੇ ਭਵਿੱਖ ਦੀ ਲੜਾਈ ਲੜਦਾ ਪਿਆ? ਧਾਰਨੀ ਸਾਹਿਬ, ਸਵਾਲ ਬੜਾ ਸਿੰਪਲ ਅਤੇ ਸਿੰਪਲ ਜਿਹਾ ਜਵਾਬ ਦੇ ਦਿਓ। ਬੜਾ ਸਿੰਪਲ ਉਹਦਾ ਮੈਂ ਤੁਹਾਨੂੰ ਜਵਾਬ ਦੇ ਦਿੰਦਾ ਕਿ ਕੋਈ ਭਵਿੱਖ ਵਾਲੀ ਗੱਲ ਨਹੀਂ ਹੈਗੀ। ਪਿਛਲੇ ਟਾਈਮ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਜੇ ਕਾਂਗਰਸ ਇਹ ਮੱਲਾ ਮਾਰੇ ਵੀ ਸਾਡੇ ਅਸੀਂ ਜਿੱਤ ਗਏ, ਇਹ ਜਿੱਤੇ ਨਹੀਂ ਹੈਗੇ। ਇਹ ਆਮ ਆਦਮੀ ਪਾਰਟੀ ਨੇ ਇੱਕ ਇਸ ਤਰ੍ਹਾਂ ਦਾ ਜਿਹੜਾ ਸ਼ਗੂਫਾ ਫੈਲਾਤਾ ਸੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਇੰਨੇ ਭਰਮ ਪਾਲੇ ਗਏ ਔਰ ਉਹ ਭਰਮ ਜਿਹੜੇ ਹੈਗੇ ਆ ਉਹ ਨਿਕਲ ਗਏ। ਹੁਣ ਇਸ ਕਰਕੇ ਨਾ ਹੀ ਸਾਨੂੰ ਕੋਈ ਆਪਣੀ ਪੋਸ਼ਾਕ ਬਚਾਉਣ ਵਾਲੀ ਗੱਲ ਹੈਗੀ ਆ। ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਹੈਗਾ ਔਰ ਬਾਦਲ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਔਰ ਇਸ ਦਾ ਸਬੂਤ ਇਹ ਹੈਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇੱਕ ਜਨਰਲ ਮੰਗਣਾ ਕਮਾਂਡਰ ਬਣ ਕੇ ਅੱਗੇ ਹੋ ਕੇ ਫੌਜ ਦੇ ਵੱਲੋਂ ਲੜਨਾ ਇਹ ਸਭ ਤੋਂ ਵੱਡੀ ਜਿਹੜੀ ਹੈਗੀ ਹੈ। ਔਰ ਮੈਂ ਇੱਕ ਜਵਾਬ ਇਹਨਾਂ ਦੀ ਗੱਲ ਦਾ ਦੇਣਾ ਚਾਹੁੰਦਾ ਕਿ ਇਹਨਾਂ ਕੋਲ ਕੈਂਡੀਡੇਟ ਇਹ ਹੈ ਨਹੀਂ ਵੀ ਇਸ ਕਰਕੇ ਇਹ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਹੈਗੇ। ਧਾਰਨੀ ਸਾਹਿਬ ਸਵਾਲ ਇਹ ਹੈਗਾ, ਧਾਰਨੀ ਸਾਹਿਬ ਸਵਾਲ, ਹਾਂਜੀ ਹਾਂਜੀ, ਤੁਸੀਂ ਹਰਿਆਣੇ ਚੱਲੇ ਸੀ, UP ਚੱਲੇ ਸੀ, ਰਾਜਸਥਾਨ ਚੱਲੇ ਸੀ, ਸਾਰੇ ਫੈਸਲੇ ਤੁਸੀਂ ਪਲਟੀ ਮਾਰੀ ਗਏ, ਅਖੀਰ 'ਤੇ ਆ ਕੇ ਤੁਸੀਂ ਫੈਸਲਾ ਕੀਤਾ। ਮੈਂ ਇਸ ਫੈਸਲੇ ਨੂੰ ਗਲਤ ਨਹੀਂ ਮੰਨਦਾ ਪਿਆ, ਇਹ ਫੈਸਲਾ ਤੁਹਾਡਾ ਸਟਰੋਂਗ ਫੈਸਲਾ ਹੋ ਸਕਦਾ, ਪਰ ਸਵਾਲ ਇਹ ਹੈ ਧਾਰਨੀ ਸਾਹਿਬ, ਇਹਦਾ ਮੈਸੇਜ ਜਾਂਦਾ ਕਿ ਅਕਾਲੀ ਦਲ ਨੂੰ ਸਮਝ ਨਹੀਂ ਆ ਰਹੀ ਸੀ ਕਰਨਾ ਕੀ, ਕਨਫਿਊਜ਼ ਹੋ ਗਿਆ ਸੀ ਅਕਾਲੀ ਦਲ। ਕੋਈ ਕਨਫਿਊਜ਼ ਵਾਲੀ ਗੱਲ ਨਹੀਂ ਹੈਗੀ। ਦੇਖੋ ਹਮੇਸ਼ਾ ਦੇਖੋ ਜੇ ਹੁਣ ਕੱਲ੍ਹ ਨੂੰ ਤੁਸੀਂ ਇਹੀ ਗੱਲ ਕਹਿ ਦਈਏ ਵੀ BJP ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਕਨਫਿਊਜ਼ ਹੋਊਗੀ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਰੱਖਿਆ ਵਾ, ਸਾਡੀ ਭਾਈਵਾਲ ਪਾਰਟੀ ਆ, ਅਸੀਂ ਉਹਨਾਂ ਦੇ ਨਾਲ ਹਰਿਆਣੇ ਦੇ ਵਿੱਚ ਭਾਈਵਾਲਤਾ ਨਿਭਾ ਰਹੇ ਹਾਂ। ਪਹਿਲਾਂ ਫਿਰ ਤੁਸੀਂ ਪਹਿਲਾਂ ਕਨਫਿਊਜ਼ ਸੀ ਕਿ ਪਹਿਲਾਂ ਉੱਥੇ ਗਏ ਸੀ? ਨਹੀਂ ਬਿਲਕੁਲ ਨਹੀਂ ਸੀ ਕਨਫਿਊਜ਼, ਉਦੋਂ ਪਤਾ ਨਹੀਂ ਸੀ SOL ਦਾ ਮੁੱਦਾ ਉੱਥੇ ਜਾ ਕੇ ਵਿਛੜੂਗਾ। ਉਹ ਕਨਫਿਊਜ਼ ਵਾਲੀ ਗੱਲ ਨਹੀਂ, ਦੇਖੋ ਉਸ ਪਰਿਵਾਰ ਦੇ ਨਾਲ ਜਿਹੜੀ ਹੈਗੀ ਸੀ ਪਹਿਲਾਂ ਗੱਲਬਾਤ ਹੈਗੀ ਸੀ, ਪਰ ਉਸ ਪਰਿਵਾਰ ਦਾ ਕੀ ਪੋਲੀਟੀਕਲ ਟਕੋਰ ਕਰਕੇ ਦੇਖਦੇ ਪਏ, ਟਕੋਰ ਕਰਕੇ ਦੇਖਦੇ ਨਹੀਂ, ਟਕੋਰ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਸਾਡਾ ਪੋਲੀਟੀਕਲ ਜਿਹੜਾ ਹੈਗਾ ਗੋਲ ਹੈ ਉਹ ਬਿਲਕੁਲ ਕਲੀਅਰ ਹੈਗਾ। ਹਰਿਆਣੇ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਦੇ ਰੈਲੀ ਤੇ ਰੈਲੀ ਬੰਦੇ ਇਕੱਠੇ ਕਰੀ ਗਏ ਉਹ ਬਣਾਈ ਗਏ ਕਿ ਸਾਡਾ ਅਸੀਂ ਇਲੈਕਸ਼ਨ ਲੜਾਂਗੇ। ਅਲਟੀਮੇਟਲੀ ਆ ਕੇ ਉਹਨਾਂ ਨੇ ਕਹਿੰਦੇ ਜੀ BJP ਨੂੰ ਅਸੀਂ ਸਪੋਰਟ ਕਰਾਂਗੇ। ਇਹ ਕਿੱਥੇ ਗਈਆਂ ਇਹਨਾਂ ਨੂੰ? ਇਹ ਰਡਰਲੈਸ ਲੀਡਰਸ਼ਿਪ ਹੈ ਸੁਖਬੀਰ ਸਿੰਘ ਬਾਦਲ ਦੀ, ਔਰ ਤੁਹਾਨੂੰ ਹੁਣ ਫਿਰੋਜ਼ਪੁਰ ਔਰ ਬਠਿੰਡੇ ਦੇ ਰਿਜ਼ਲਟ ਤੋਂ ਬਾਅਦ ਪਤਾ ਲੱਗ ਜੂਗਾ ਹੀ ਇਜ਼ ਔਨ ਹਿਜ਼ ਵੇ ਆਊਟ। ਵਿਰੋਧੀ ਸਾਰੇ ਕਹਿ ਰਹੇ ਆ ਵੀ ਤੁਸੀਂ ਫਰੈਂਡਲੀ ਮੈਚ ਖੇਡਦੇ ਪਏ ਹੋ, ਤੁਸੀਂ ਕਹਿ ਰਹੇ ਪਤਾ ਲੱਗ ਵਿਰੋਧੀਆਂ ਦਾ, ਵਿਰੋਧੀਆਂ ਦੇ ਬਾਰੇ ਕੀ ਕਹਿਣਾ? ਸਾਰੇ ਕਹੀ ਜਾਂਦੇ ਆ ਵੀ ਤੁਸੀਂ ਉੱਥੇ ਮਨਪ੍ਰੀਤ ਬਾਦਲ ਤੇ ਨਵਜੋਤ ਕੌਰ ਸਿੱਧੂ ਨੂੰ ਉਤਾਰਨਾ ਚਾਹੁੰਦੇ ਸੀਗੇ, ਕੈਂਡੀਡੇਟ ਅਖੀਰ ਦੇ ਵਿੱਚ ਇਹ ਆ ਗਏ ਤੇ ਕੈਪਟਨ ਸਾਹਿਬ ਨਾਰਾਜ਼ ਅੰਦਰ ਖੱਤੇ। ਕਿਹਨੇ ਕਹੀ ਇਹ ਗੱਲ? ਸਪੈਕੂਲੇਸ਼ਨ ਮੀਡੀਆ ਦੀ ਹੈ ਨਾ? ਨਹੀਂ ਨਹੀਂ, ਸਪੈਕੂਲੇਸ਼ਨ ਮੀਡੀਆ ਦੀ ਨਹੀਂ, ਮੀਡੀਆ ਸਪੈਕੂਲੇਸ਼ਨ ਨਹੀਂ ਬਣੀ ਸੰਧੂ ਨਹੀਂ ਆਫੀਸ਼ੀਅਲੀ ਕਿਸੇ ਨੇ ਕਹੀ ਇਹ ਗੱਲ? ਹਾਂ, KP ਸਿੰਘ ਜੀ ਕਿਸੇ ਨੇ ਕਹੀ ਇਹ ਗੱਲ ਆਫੀਸ਼ੀਅਲੀ? ਮੈਂ ਇੱਥੇ ਮੜ ਜੀ, ਕਿਸੇ ਨੇ ਆਫੀਸ਼ੀਅਲੀ ਗੱਲ ਕਹੀ? ਅਨਲੈਸ ਐਂਡ ਅੰਟਿਲ ਬਣੀ ਸੰਧੂ ਜੀ ਸਿਵਾਏ ਜਰਨਲਿਸਟ ਦੇ ਸਪੈਕੂਲੇਸ਼ਨ ਪੁਆਇੰਟ ਆਫ ਵਿਊ ਤੋਂ ਜਰਨਲਿਸਟ ਗਲਤ ਕਰ ਰਿਹਾ ਹੈ। ਚਲੋ ਮੈਂ ਕਹਿੰਦਾ ਜਰਨਲਿਸਟ ਗਲਤ ਕਰ ਰਿਹਾ, ਗਲਤ ਪ੍ਰੂਵ ਹੋ ਗਿਆ, ਗਲਤ ਕਰ ਰਿਹਾ। ਨਵਜੋਤ ਸਿੱਧੂ ਔਰ ਮਨਪ੍ਰੀਤ ਬਾਦਲ ਨੂੰ ਲੜਾਉਂਗੇ? ਨਵਜੋਤ ਕੌਰ ਸਿੱਧੂ ਤੇ ਮਨਪ੍ਰੀਤ ਬਾਦਲ ਗਲਤ ਹੋ ਗਈ ਨਾ? ਹਾਂ ਗਲਤ ਹੋ ਗਈ, ਇਸੇ ਲਈ ਕਹਿੰਦੇ ਮੁੱਖ ਮੰਤਰੀ ਸਾਹਿਬ ਨਾਰਾਜ਼ ਹੈਗੇ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀ ਉਹ ਲੜਦੇ ਇਲੈਕਸ਼ਨ। ਇਹ ਵੀ ਤੁਹਾਡੀ ਸਪੈਕੂਲੇਸ਼ਨ ਹੈ? ਆ ਚਲੋ ਠੀਕ ਹੈ, ਇਹ ਵੀ ਤੁਹਾਡੀ ਸਪੈਕੂਲੇਸ਼ਨ ਹੈ? ਮੇਰੀ ਤੇ ਇੰਨੀ ਗੱਲ ਹੀ ਨਾਲ ਜੋੜਨੀ ਹੈ, ਇਹ ਜਿਹੜੀ ਗੱਲ ਕਹਿ ਰਹੇ ਆ ਜਿਹੜੀਆਂ ਦੋ ਸੀਟਾਂ ਹੈ ਲਾਸਟ ਵਿੱਚ ਬਿਲਕੁਲ ਲਾਸਟ ਵਿੱਚ ਅਨਾਉਂਸ ਹੋਈਆਂ, ਉਹ ਦੇਖ ਰਹੇ ਸੀ ਕਿ ਕਿਹਨੂੰ ਕੌਣ ਕਿਹਨੂੰ ਸੂਟ ਕਰਦਾ ਹੈਗਾ, ਤੇ ਇਹ ਪਹਿਲੀ ਵਾਰੀ ਹੈ ਕਿ ਜਿਹੜੀਆਂ ਬਾਕੀ ਸਾਰੀਆਂ ਸੀਟਾਂ ਹੈਗੀਆਂ ਉਹ ਸਾਰੀਆਂ ਜਿਹੜੀਆਂ 11 ਦੀਆਂ 11 ਉਹ ਅਮਰਿੰਦਰ ਹੋਣਾ ਦੇ ਬਾਈ ਐਂਡ ਲਾਰਜ ਉਹਨਾਂ ਦੀ ਓਪੀਨੀਅਨ ਦੇ ਮੁਤਾਬਕ ਕੈਂਡੀਡੇਟ ਸਿਲੈਕਟ ਹੋਏ ਆ। ਇਹ ਜਿਹੜੀਆਂ ਦੋਵੇਂ ਆ ਕਿਉਂਕਿ ਹਵਾ ਫੈਲ ਗਈ ਕਿ ਰਲੇ ਹੋਏ ਆ, ਇਹ ਰਾਹੁਲ ਜੀ ਨੇ ਆਪਣੀ ਮਰਜ਼ੀ ਨਾਲ
ਉੱਥੇ ਦੋਵੇਂ ਕੈਂਡੀਡੇਟ ਜਿਹੜੇ ਆ ਸਿਲੈਕਟ ਕੀਤੇ, ਅਗਵਾਇਆ ਵੀ ਸਿੱਧਾ ਜਾ ਕੇ ਉੱਥੋਂ ਲੈ ਕੇ ਆਇਆ ਔਰ ਰਾਜਾ ਵੜਿੰਗ ਵੀ ਉੱਥੋਂ ਲੈ ਕੇ ਆਇਆ। ਇਹ ਲੋਕਾਂ ਦੇ ਵਿੱਚ ਚਰਚਾ ਹੈਗੀ ਆ, ਬਾਕੀ ਤਾਂ ਹੁਣ ਇਹ ਪਾਰਟੀ ਅੰਦਰੂਨੀ ਜਾਣ ਤਾਂ ਕਿ ਇਹ ਜਿਹੜੀ ਚਰਚਾ ਚੱਲੀ ਹੋਈ ਹੈ ਕਿ ਵੀ ਇਹ ਰਲ ਕੇ ਉੱਥੋਂ ਦੋਵਾਂ ਨੂੰ ਜਿਤਾਉਣਾ ਚਾਹੁੰਦੇ ਆ, ਉਸ ਦਾ ਉਹ ਪਰਦਾ ਜਿਹੜੀ ਉਹ ਪੂਰੀ ਸਕੀਮ ਜੇ ਕੋਈ ਹੋਵੇ ਵੀ ਤਾਂ ਉਹ ਚੱਲ ਨਾ ਸਕੇ, ਇਹ ਕਾਰਨ। ਠੀਕ ਹੈ ਸੰਗੜਾ ਸਾਹਿਬ, ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਫਿਰੋਜ਼ਪੁਰ ਅਤੇ ਬਠਿੰਡਾ 'ਚ ਜਿਹੜੇ ਕੈਂਡੀਡੇਟ ਇਹਨਾਂ ਨੇ ਉਤਾਰੇ ਹੈਗੇ, ਤੁਹਾਡੇ ਕੈਂਡੀਡੇਟ ਮੈਂ ਬਾਅਦ 'ਚ ਗੱਲ ਕਰ ਲੂੰਗਾ, ਜਿਹੜੇ ਇਹਨਾਂ ਨੇ ਉਤਾਰੇ ਆ ਕਿ ਉਹ ਬਾਦਲ ਪਰਿਵਾਰ ਨਾਲ ਟੱਕਰ ਲੈ ਸਕਦੇ? ਨਹੀਂ ਉਹ ਤਾਂ ਮੈਚ ਫਿਕਸਿੰਗ ਹੋਈ ਹੈ, ਜਿੱਦਾਂ ਜੋ ਸਾਹਮਣੇ ਦਿਸਦਾ ਹੀ ਆ, ਅਸੀਂ ਤਾਂ ਹਰ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਇਹਨਾਂ ਨੇ ਪਹਿਲਾਂ ਜਿਹੜੇ ਇਹਦਾ ਮਤਲਬ ਬਾਦਲ ਪਰਿਵਾਰ ਜਿੱਤ ਜੂਗਾ? ਆਪਣੇ ਕੈਂਡੀਡੇਟ ਵੀ ਬਾਅਦ ਤਾਂ ਅਨਾਊਂਸ ਕੀਤਾ ਕਿ ਪਬਲਿਕ ਨੂੰ ਪਤਾ ਨਾ ਲੱਗੇ ਅਸੀਂ ਕੀ ਕਰ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਕਾਂਗਰਸ ਦੇ ਅਨਾਊਂਸ ਹੋ ਗਏ, ਸਾਰਾ ਕੁਛ ਮਿਲੀ ਭੁਗਤਣਾ ਹੋ ਰਿਹਾ, ਪਰ ਉਹਦਾ ਮਤਲਬ ਇਹ ਥੋੜੀ ਵੀ ਜਿੱਤ ਜਾਣਾ ਇਹਨਾਂ ਨੇ, ਲੋਕਾਂ ਨੇ ਜਾਣਾ ਪੈਣਾ। ਬਿੱਦੂ ਗੁਰਜਿੰਦਰ ਕੌਰ ਜਿੱਤੇਗੀ ਉੱਥੋਂ ਬਠਿੰਡੇ ਤੋਂ ਤੇ ਫਿਰੋਜ਼ਪੁਰ ਤੋਂ ਵੀ ਸਾਡਾ ਕੈਂਡੀਡੇਟ ਜਿੱਤੇਗਾ। ਅਸੀਂ 6-7 ਸੀਟਾਂ ਤੁਹਾਨੂੰ ਪਤਾ ਹੀ ਯਾਰ ਜਿੰਦਰ ਸਿੰਘ ਕਾਕਾ ਨਾ, ਮਤਲਬ ਮੈਨੂੰ ਹੁਣ ਤੇ ਮੇਰਾ ਇਮਤਿਹਾਨ ਥੋੜੀ ਤੁਸੀਂ ਲੈਣਾ, ਪਰ ਆਪਾਂ ਲੋਕਤੰਤਰ ਦੇ ਵਿੱਚ ਮਜ਼ਾਕ ਨਹੀਂ ਉਡਾ ਸਕਦੇ ਕਿ ਜਿਹੜਾ ਕੈਂਡੀਡੇਟ ਖੜਾ ਹੈ ਉਹਦੀ ਆਪਦੀ ਬਿਲਕੁਲ ਆਪਦੀ ਕੋਈ ਇਮੇਜ ਹੋਊ, ਬਿਲਕੁਲ ਅੱਗੇ ਵੀ ਤਾਂ ਇਦਾਂ ਦੇ ਜਿੱਤੇ ਆ, ਅੱਗੇ ਵੀ ਤਾਂ ਪ੍ਰੋਫੈਸਰ ਸਾਧੂ ਸਿੰਘ ਪਰ ਜਗਤਾਰ ਸਿੰਘ ਜਿਹੜਾ ਚਲੋ ਠੀਕ ਹੈ, ਮੈਂ ਸੰਜੀਦਗੀ ਦੀ ਗੱਲ ਕਰ ਰਿਹਾ। ਆਮ ਆਦਮੀ ਪਾਰਟੀ ਨੂੰ ਵਿਸ਼ਵਾਸ ਹੈਗਾ ਕਿ ਪਹਿਲਾਂ 4 MP ਪੰਜਾਬ ਨੇ ਦਿੱਤੇ ਸੀਗੇ, ਹੁਣ ਤੁਸੀਂ 4 ਆਪਣੇ ਕੈਂਡੀਡੇਟਸ ਦੀ ਜ਼ਮਾਨਤ ਬਚਾ ਲਓਗੇ? ਦੇਖੋ ਗੱਲ ਸੁਣੋ KP ਜੀ, ਤੁਸੀਂ ਆਪਣੇ ਕਿਆਫੇ ਲਾਓ, ਅਸੀਂ ਮੈਂ ਸਵਾਲ ਕਰ ਰਿਹਾ, ਮੈਂ ਕਿਆਫਾ ਨਹੀਂ ਲਗਾਇਆ, ਮੈਂ ਸਵਾਲ ਕਰ ਰਿਹਾ। 7 ਸੀਟਾਂ ਅਸੀਂ ਕਲੀਅਰ ਕੱਟ ਜਿੱਤਾਂਗੇ, ਬਾਕੀਆਂ ਤੇ ਫਾਈਟ ਕਰਾਂਗੇ। ਅਸੀਂ 4 ਤਾਂ ਉਦੋਂ ਜਿੱਤ ਗਏ ਸੀ ਜਦੋਂ ਸਾਡੇ ਕੋਲ ਦਿੱਲੀ 'ਚ ਕੋਈ ਸਰਕਾਰ ਨਹੀਂ ਸੀ, ਸਾਡੇ ਕੋਲ ਕਿਸੇ ਵੀ ਸਰਕਾਰ ਦੀ ਪ੍ਰਗਤੀ ਦੱਸਣ ਲਈ ਕੁਛ ਨਹੀਂ ਸੀਗਾ, ਸਾਡੇ ਕੋਲ ਪੰਜਾਬ ਵਿੱਚ ਢਾਂਚਾ ਹੀ ਹੈ ਨਹੀਂ ਸੀ। ਪ੍ਰੋਫੈਸਰ ਮਨਜੀਤ ਸਿੰਘ ਹੋਣਾ ਦੀ ਇੱਕ ਕਮੇਟੀ ਸੀਗੀ, ਠੀਕ ਹੈ, ਹੁਣ ਸਾਡੇ ਕੋਲ ਪਹਿਲਾਂ ਨਾਲੋਂ ਬਹੁਤ ਕੁਛ ਹੈ। ਦਿੱਲੀ ਦੇ ਸਾਡੇ ਕੰਮ ਦੱਸਣ ਯੋਗ ਹੈ, ਇਹ ਦਿੱਲੀ ਦੀ ਸਰਕਾਰ ਨਾਲ ਕਿਸੇ ਦਾ ਵੀ ਕੰਮ ਕੰਪੇਅਰ ਕਰ ਲਓ। ਪੰਜਾਬ 'ਚ ਸਾਡੇ ਕੋਲ ਵਲੰਟੀਅਰ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਹੈਗੇ ਆ। 7 ਸੀਟਾਂ ਘੱਟੋ ਘੱਟ ਅਸੀਂ ਜਿੱਤਾਂਗੇ, ਠੀਕ ਹੈ, ਸੈਟਬੈਕ ਲੱਗੀ ਆ ਪਾਰਟੀ ਨੂੰ, ਨੁਕਸਾਨ ਹੋਇਆ ਸਾਡਾ, ਨਹੀਂ ਤਾਂ ਰਿਜ਼ਲਟ ਹੋਰ ਹੀ ਕੁਛ ਹੋਣੇ ਸੀਗੇ, ਠੀਕ ਹੈ, ਪਰ ਇਹ ਸਾਡੇ ਆਪਣੇ, ਅਸੀਂ ਡੋਰ ਟੂ ਡੋਰ ਜਾਂਦੇ ਹਾਂ, ਡੇ ਬਾਈ ਡੇ ਪਾਰਟੀ ਰਿਕਵਰ ਕਰ ਰਹੀ ਆ। ਸਾਡੇ ਇੰਟਰਨਲ ਜਿਹੜਾ ਅਸੀਂ ਕੀਤਾ ਸਰਵੇ ਉਹ ਇਹ ਸਾਨੂੰ ਦੱਸ ਰਿਹਾ, 6-7 ਸੀਟਾਂ ਅਸੀਂ ਘੱਟੋ ਘੱਟ ਜਿੱਤਾਂਗੇ, ਬਾਕੀਆਂ ਦੇ ਫਾਈਟ ਕਰਨੇ ਆ। ਪ੍ਰੋਫੈਸਰ ਮਨਜੀਤ ਸਿੰਘ, ਇਹਨਾਂ ਸਾਰੀਆਂ ਪਾਰਟੀਆਂ ਮੈਨੂੰ ਕਨਫਿਊਜ਼ ਕਰਤਾ, ਕਾਂਗਰਸ ਕਹਿੰਦੀ ਅਸੀਂ ਦੋਨਾਂ ਨੂੰ ਹਰਾਉਣਾ, ਅਕਾਲੀ ਦਲ ਕਹਿੰਦੇ ਸਾਡੇ ਦੋਨੋਂ ਕੈਂਡੀਡੇਟ ਜਿੱਤਣਗੇ, ਸੰਗੜਾ ਸਾਹਿਬ ਕਹਿੰਦੇ ਵੈਸੇ ਹੈ ਫਰੈਂਡਸ਼ਿਪ ਮੈਚ ਆ ਪਰ ਦੋਨੋਂ ਹਾਰਨਗੇ, ਮੈਂ ਕਨਫਿਊਜ਼ ਹੋ ਗਿਆ, ਤੁਸੀਂ ਕਨਫਿਊਜ਼ ਤਾਂ ਨਹੀਂ ਹੋਏ? ਨਹੀਂ ਮੈਂ ਕਨਫਿਊਜ਼ ਨਹੀਂ ਹਾਂ, ਜਿਹੜੇ ਕਲੇਮ ਕਾਊਂਟਰ ਕਲੇਮ ਇਹ ਗੱਲ ਕਹਿਣ 'ਚ ਆਮ ਆਦਮੀ ਪਾਰਟੀ ਨੂੰ ਕੀ ਹਰਜ ਆ ਵੀ 23 ਤੱਕ ਵੇਟ ਕਰ ਲਓ, ਸਾਨੂੰ ਬੜੀ ਉਮੀਦ ਆ। ਹੁਣ 7 ਦਾ ਕਿਹੜਾ ਕੈਲੰਡਰ ਲਾਇਆ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੇਰਾ ਖਿਆਲ ਖਾਸ ਕਰ ਜਗਤਾਰ ਸਿੰਘ ਸੰਘੇੜਾ ਹੁਣੀ ਪ੍ਰੋਫੈਸਰ ਹੈਗੇ ਆ, ਉਹ ਮੈਂ ਲੌਜੀਕ ਨਾਲ ਗੱਲ ਕੀਤੀ ਆ, ਫਾਈਨਲ ਫੈਸਲਾ ਬਿਲਕੁਲ ਮੈਂ ਇਹੀ ਕਹਿਣਾ, ਕਿਉਂਕਿ ਕੱਲ ਨੂੰ ਦੁਬਾਰਾ ਵੀ ਅਸੀਂ ਚੈਨਲਾਂ 'ਤੇ ਆਉਣਾ, 100-13 ਗਿਣੀ ਫਿਰਦੇ ਆਪਣੀਆਂ, ਫਿਰ 26 ਉਹਨਾਂ ਨੂੰ ਛੱਡ ਦੇ। ਮੇਰਾ ਸਵਾਲ ਹੋ ਰਿਹਾ ਸੰਗੜਾ ਸਾਹਿਬ, ਮੈਂ ਸਵਾਲ ਇਹ ਕਰ ਰਿਹਾ ਸੰਗੜਾ ਸਾਹਿਬ ਨੂੰ, ਇੱਕ ਪਾਸੇ ਕਹਿ ਰਹੇ ਆ ਕਿ ਫਰੈਂਡਸ਼ਿਪ ਮੈਚ ਖੇਡਦੇ ਪਏ, ਉਹ ਫਰੈਂਡਸ਼ਿਪ ਮੈਚ ਦੇ ਚੱਲ ਜੇ ਫਰੈਂਡਸ਼ਿਪ ਮੈਚ ਖੇਡਦੇ ਪਏ ਆ, ਕਾਂਗਰਸ ਨੇ 20 ਕੈਂਡੀਡੇਟ ਉਤਾਰੇ, ਆਮ ਆਦਮੀ ਪਾਰਟੀ ਮੰਨਦੀ ਪਈ ਹੈ, ਇਹਦਾ ਮਤਲਬ ਬਾਦਲ ਪਰਿਵਾਰ ਨੂੰ ਫਾਇਦਾ ਦੇਣਾ ਕਾਂਗਰਸ ਨੇ, ਇਹਦਾ ਮਤਲਬ ਬਾਦਲ ਪਰਿਵਾਰ ਪੰਜਾਬ ਤੋਂ ਆਊਟ ਹੋ ਜੂਗਾ। ਦੇਖੋ ਬਿਲਕੁਲ ਇਹ ਵੀ ਹੋ ਸਕਦਾ ਸਮਝੌਤਾ ਕਿ ਅਸੀਂ ਇੱਥੇ ਰਹਿੰਦੇ ਹਾਂ ਤੇ ਤੁਸੀਂ ਦਿੱਲੀ ਚਲੇ ਜਾਓ, ਹੋ ਸਕਦਾ ਹੈ ਤੁਹਾਡੀ ਗੱਲ ਇਹ ਜਿਹੜੀ ਠੀਕ ਹੈ, ਜੇ ਸਮਝੌਤਾ ਹੋਇਆ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹਾਂ ਵੀ ਜੇ ਜਗਤਾਰ ਸਿੰਘ ਸੰਘੇੜਿਆ ਉਹਨਾਂ ਦੀ ਜਿਹੜੀ ਜੇ ਲੌਜਿਕ ਨੂੰ ਲਓ ਤੇ ਫਿਰ ਤੇ ਆ ਕਿ ਦੋਵਾਂ ਨੂੰ ਜਿਤਾਉਣਾ ਹੀ ਜਿਤਾਉਣਾ, ਜਿਤਾਉਣਾ ਜਿਤਾਉਣਾ ਤੇ ਫਿਰ ਦਿੱਲੀ ਭੇਜਣਾ ਆ, ਹੋਰ ਤੇ ਫਿਰ ਇੱਥੇ ਦਾ ਤੇ ਜਿਹੜਾ ਆ ਉਹ ਠੀਕ ਹੈ ਕਿ ਉਹ ਜੋ ਇਨਫਲੂਐਂਸ ਜਿਹੜਾ ਉਹ ਬਾਕੀ ਦਾ ਥੋੜਾ ਕਾਂਸਟੀਟਿਊਸ਼ਨ ਵੱਡੇ ਉਹ ਗੱਲ ਅਲੱਗ ਹੈਗੀ ਆ। ਮੈਨੂੰ ਇੱਕ ਗੱਲ ਦੱਸੋ, ਇਹ ਪੈਮਾਨਾ ਕੀ ਹੈ ਵੀ ਕੈਂਡੀਡੇਟ ਦਾ? ਸ਼ੇਰ ਸਿੰਘ ਵਾਇਆ ਇਜ਼ ਅ ਸਿਟਿੰਗ MP, ਇਜ਼ ਅ 3-time MLA, ਤੁਹਾਡੇ ਕਾਂਗਰਸ ਦੇ ਉੱਥੇ ਜਿਨ੍ਹਾਂ ਨੇ ਟਿਕਟ ਮੰਗੀ ਸੀਗੀ ਉਹ ਇਹ ਕਹਿ ਰਿਹਾ ਕਿ ਸ਼ੇਰ ਸਿੰਘ ਘਬਾਇਆ ਵਾਲੇ ਸਾਡੇ ਵਰਕਰਾਂ ਤੇ ਪਰਚੇ ਹੋਏ ਆ, ਇਸ ਕਰਕੇ ਸਾਡੇ ਵਰਕਰ ਉਹਨਾਂ ਦੇ ਖਿਲਾਫ ਹੈਗੇ ਆ। ਦੂਜਾ ਉੱਥੇ ਹੈਗਾ ਸੁਨੀਲ ਜਾਖੜ ਤੜਾ, ਰਾਣਾ ਸੋਢੀ ਤੜਾ, ਉਹ ਉੱਥੇ ਕੀ ਕਰੂਗਾ? ਸਵਾਲ ਇਹ ਹੈ, ਇਸੇ ਕਰਕੇ ਸ਼ੇਰ ਸਿੰਘ ਘਬਾਇਆ ਦੀ ਸਥਿਤੀ ਕਮਜ਼ੋਰ ਹੋ ਗਈ, ਕਾਂਗਰਸ ਨੇ ਆਪ ਹੀ ਕਰਤੀ, ਸਾਈਡ ਤੋਂ ਲਿਆ ਕੇ ਟਿਕਟ ਦੇਤੀ, ਲੋਕਲ ਤਾਂ ਵਿਰੋਧ ਕਰਨਾ ਹੀ ਆ ਬੰਦੇ ਸਾਰੇ ਨੇ, ਨਾਲੇ ਉਹਨਾਂ ਦੀ ਇੱਕ ਵੀਡੀਓ ਜੇ ਵੀ ਕੰਪਲੀਟ ਸੀਗੀ। ਇੱਕ ਮਿੰਟ ਜਿਹੜਾ ਤੁਸੀਂ ਬੋਲ ਲੈ ਮੈਨੂੰ, ਸ਼ੇਰ ਸਿੰਘ ਘਬਾਇਆ ਆਊਟਸਾਈਡਰ ਹੈ,
ਆਊਟਸਾਈਡਰ ਪਾਰਟੀ ਚ ਆਏ ਆ ਨਾ ਓਹੋ ਨਹੀਂ ਆਊਟਸਾਈਡਰ ਕੋਈ ਨਹੀਂ ਕਰ ਰਿਹਾ ਆਊਟਸਾਈਡ ਕੋਈ ਨਹੀਂ ਕਰ ਰਿਹਾ ਸ਼ੇਰ ਸਿੰਘ ਬਾਇਆ ਫਿਰੋਜ਼ਪੁਰ ਦਾ ਸਿਟਿੰਗ ਐਮਪੀ ਹਾਂ ਹੈਗੇ ਆ ਉੱਥੋਂ ਸਿਟਿੰਗ ਇੱਕ ਮਿੰਟ ਮੈਨੂੰ ਕਾਈਂਡਲੀ ਬੋਲ ਲੈਣ ਦਿਓ ਜੀ ਸ਼ੇਰ ਸਿੰਘ ਬਾਇਆ ਸਿਟਿੰਗ ਐਮਪੀ ਹੈ ਤਿੰਨ ਵਾਰ ਉਹ ਜਾਂ ਦੋ ਵਾਰ ਪਹਿਲਾਂ ਐਮਐਲਏ ਰਿਹਾ ਉਹਦੀ ਸੀਟ ਤੇ ਜਾ ਕੇ ਸੁਖਵੀਰ ਬਾਦਲ ਲੜਿਆ ਆਫਟਰ ਆਲ ਸ਼ੇਰ ਸਿੰਘ ਬਾਏ ਦਾ ਕੋਈ ਬੇਸ ਹੋਊਗਾ ਜਿਹਨੇ ਉਹਨੇ ਸੀਟ ਕਲਟੀਵੇਟ ਕਰਕੇ ਇੰਨੀ ਮਜ਼ਬੂਤੀ ਨਾਲ ਕਲਟੀਵੇਟ ਕੀਤੀ ਸੀਟ ਜਿਹਦੇ ਵਿੱਚ ਜਾ ਕੇ ਸੁਖਵੀਰ ਬਾਦਲ ਲੜਿਆ ਇਹ ਤੁਸੀਂ ਇਹ ਦੇਖੋ ਇਹਦੇ 'ਚ ਕੋਈ ਡਾਊਟ ਨਹੀਂ ਹੈਗਾ ਹੀ ਇਜ਼ ਦੀ ਸਟਰੋਂਗੈਸਟ ਕੈਂਡੀਡੇਟ ਸ਼ੇਰ ਸਿੰਘ ਬਾਇਆ ਔਰ ਉਹ ਇਲੈਕਸ਼ਨ ਬਹੁਤ ਮਜ਼ਬੂਤੀ ਨਾਲ ਲੜੂਗਾ ਔਰ ਰਿਜ਼ਲਟ 23 ਤਰੀਕ ਨੂੰ ਤੁਹਾਡੇ ਸਾਹਮਣੇ ਆਊਗਾ ਚਲੋ ਮੈਂ ਬੋਲਣਾ ਕੁਛ ਹਾਂ ਬਸ ਮੈਂ ਇੰਨੀ ਗੱਲੇ ਕਹਿਣੀ ਆ ਕਿ ਉੱਥੇ ਸਾਨਾ ਦਾ ਭੇਡ ਕਾਫੀ ਰਹਿੰਦਾ ਆ ਔਰ ਕਾਂਗਰਸ ਦੀ ਜਿਹੜੀ ਅੰਦਰੂਨੀ ਇੱਕ ਦੂਜੇ ਨੂੰ ਖਿੱਚੋ ਤਾਣ ਆ ਜਾਖੜ ਤੇ ਰਾਣਾ ਸੋਢੀ ਦਾ ਉਸ ਤਰੀਕੇ ਦਾ ਚੱਲਦਾ ਰਹਿੰਦਾ ਆ ਉਹਦਾ ਸ਼ਿਕਾਰ ਸ਼ੇਰ ਸਿੰਘ ਬਾਇਆ ਨਾ ਹੋ ਜੇ ਇਹ ਤਾਂ ਮਨਪ੍ਰੀਤ ਹੋਣੀ ਜਾਣਨਗੇ ਅਦਰਵਾਈਜ਼ ਜੋ ਉੱਥੋਂ ਦੀਆਂ ਬਰਾਦਰੀਆਂ ਦਾ ਅਤੇ ਜਿਹੜਾ ਸਾਰੇ ਜਾਣੇ ਗਿਣਦੇ ਆ ਜਿਸ ਤਰ੍ਹਾਂ ਕੰਬੋਜ ਆ ਜਾਂ ਹੋਰ ਰਾਜ ਸਿੱਖ ਹੈਗੇ ਆ ਜੱਟ ਹੈਗੇ ਆ ਸਾਰੇ ਉਹ ਜਿੰਨੀਆਂ ਵੀ ਬਰਾਦਰੀਆਂ ਉਹਦੇ ਮੁਤਾਬਕ ਜੇ ਜਮ੍ਹਾਂ ਘਟਾ ਕੀਤਾ ਜਾਏ ਤਾਂ ਉਹ ਕਾਫੀ ਸਟਰੋਂਗ ਕੈਂਡੀਡੇਟ ਹੈਗਾ ਕਬਾਇਆ ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਪ੍ਰਕਾਸ਼ ਸਿੰਘ ਬਾਦਲ ਅੱਗੇ ਅਤੇ ਪਾਰਟੀ ਅੱਗੇ ਕਿਹੜੇ ਕਿਹੜੇ ਚੈਲੇਂਜ ਹੈਗੇ ਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਉਮਰ ਦਾ ਤਕਾਜ਼ਾ ਅਤੇ 5 ਵਾਰ ਉਹ ਮੁੱਖ ਮੰਤਰੀ ਰਹੇ ਆ ਲੰਬਾ ਤਜਰਬਾ ਉਹਨਾਂ ਨੂੰ ਹੈਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ 100 ਵਾਰੇ ਪੂਰੇ ਹੋਣ ਵਾਲੇ ਆ ਸ਼ਤਾਬਦੀ ਮਨਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਪਰ ਸ਼੍ਰੋਮਣੀ ਅਕਾਲੀ ਦਲ ਅੱਗੇ ਸਥਿਤੀ ਇਹ ਆ ਗਈ ਹੈ ਕਿ ਉਹ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 'ਚ 3 ਨੰਬਰ 'ਤੇ ਆਏ ਅਤੇ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਸੀਟਾਂ ਦੀ ਵੰਡ ਵੇਲੇ ਇੰਨਾ ਕੁ ਸੋਚਣਾ ਪਿਆ ਕਿ ਬਠਿੰਡਾ ਅਤੇ ਫਿਰੋਜ਼ਪੁਰ ਸਾਰਿਆਂ ਤੋਂ ਅਖੀਰ ਤੇ ਕੈਂਡੀਡੇਟ ਅਨਾਊਂਸ ਹੁੰਦੇ ਆ ਪਰ ਬਾਦਲ ਪਰਿਵਾਰ ਨੇ ਖੁਦ ਇਹ ਕਮਾਨ ਸਾਂਭੀ ਹੈ ਕਮਾਨ ਸਾਂਭ ਦੇ ਨਾਲ ਕਿ ਉਹਨਾਂ ਦਾ ਕੇਂਦਰ ਸ਼ਿਫਟ ਹੋ ਰਿਹਾ ਸਵਾਲ ਇਹ ਫਿਰ ਵਾਪਸ ਹੋਵੇਗਾ ਬ੍ਰੇਕ ਤੋਂ ਵਾਪਸ ਆ ਰਿਹਾ ਸਵਾਲ ਇੱਕੋ ਪੁੱਛ ਰਿਹਾ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਬਾਦਲ ਜੋੜੀ ਦੇ ਲੋਕ ਸਭਾ ਚੋਣਾਂ 'ਚ ਖੜਨਾ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਹੈਗਾ ਪ੍ਰਸਮਜੀਤ ਸਿੰਘ ਤੁਸੀਂ ਬਰਗਾੜੀ ਕਾਂਡ ਦਾ ਜ਼ਿਕਰ ਕੀਤਾ ਸੀਗਾ ਬਰਗਾੜੀ ਕਾਂਡ ਦੇ ਹਾਲਾਤਾਂ ਕਰਕੇ ਬਾਦਲ ਜੋੜੀ ਨੂੰ ਖੁਦ ਮੈਦਾਨ 'ਚ ਉਤਰਨਾ ਪਿਆ ਸਿਰਫ ਤੁਸੀਂ ਇੱਕੋ ਰੀਜ਼ਨ ਇਹ ਮੰਨਦੇ ਪਏ ਹੋ ਜਾਂ ਪਾਰਟੀ ਵਿੱਚ ਜਿਹੜੀ ਬਗਾਵਤ ਹੋਈ ਆ ਜਾਂ ਅੰਦਰੂਨੀ ਤੌਰ 'ਤੇ ਪਾਰਟੀ ਆ ਕਮਜ਼ੋਰ ਹੋਈ ਆ ਸਾਰਾ ਕੁਝ ਇਕੱਠਾ ਬਗਾਵਤ ਹੋਣ ਦਾ ਕਾਰਨ ਵੀ ਬਰਗਾੜੀ ਹੈਗਾ ਕਿ ਉਹਦੇ ਵਿੱਚ ਜਿਸ ਤਰ੍ਹਾਂ ਸੱਚੇ ਸੌਦੇ ਦਾ ਸਾਰਾ ਕੇਸ ਆਇਆ ਜਿਵੇਂ ਐਸ ਜੀ ਪੀ ਸੀ ਨੂੰ ਉਹਦੇ ਵਿੱਚ ਇਨਵੋਲਵ ਕੀਤਾ ਗਿਆ ਔਰ ਉਹ ਫਿਰ ਦੁਬਾਰਾ ਫੈਸਲੇ ਪਲਟਣੇ ਪਏ ਉਹ ਸਾਰਾ ਇੱਕ ਪਿਛਲੇ 3-4 ਸਾਲ ਦੇ ਵਿੱਚ ਜੋ ਉਥਲ ਪੁਥਲ ਹੋਈ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਜਿਹੜੇ ਕੁਛ ਟਕਸਾਲੀ ਸੀਗੇ ਉਹਦੇ 'ਚੋਂ ਬਾਹਰ ਚਲੇ ਗਏ ਅਤੇ ਉਹ ਤਾਂ ਪਹਿਲਾ ਝਟਕਾ ਸੀਗਾ ਹੁਣ ਉਦੋਂ ਅੱਗੇ ਮੈਂ ਨਹੀਂ ਕਹਿੰਦਾ ਵੀ ਕੈਂਡੀਡੇਟ ਨਹੀਂ ਹੁੰਦੇ ਪਰ ਜਦੋਂ ਇਹਨਾਂ ਗੱਲਾਂ ਦੇ ਨਾਲ ਉਤਸ਼ਾਹ ਥੱਲੇ ਜਾਂਦਾ ਆ ਕਾਡਰ ਦੇ ਵਿੱਚ ਔਰ ਨੈਚੁਰਲੀ ਇੱਕ ਇੰਨੀ ਪੁਰਾਣੀ ਪਾਰਟੀ ਔਰ ਦੂਜੀ ਇਹਨਾਂ ਦੀ ਦੁਬਿਧਾ ਹਮੇਸ਼ਾ ਇਹ ਰਹਿੰਦੀ ਹੈ ਕਿ ਇਹਨਾਂ ਨੂੰ ਡਬਲ ਡਿਕਟੇਟ ਇੱਕ ਤਾਂ ਇਹਨਾਂ ਨੂੰ ਆਪਣੇ ਕਾਡਰ ਦਾ ਦੇਖਣਾ ਪੈਂਦਾ ਪੰਜਾਬ ਦਾ ਪ੍ਰਸਿੱਧੀ ਦਾ ਦੇਖਣਾ ਪੈਂਦਾ ਸਿੱਖ ਏਜੰਡੇ ਦਾ ਦੇਖਣਾ ਪੈਂਦਾ ਅਤੇ ਨਾਲੋਂ ਨਾਲ ਹੀ ਬੀ ਜੇ ਪੀ ਦਾ ਜਿਹੜਾ ਦਿੱਲੀ ਵਾਲਾ ਏਜੰਡਾ ਉਹ ਉੱਥੋਂ ਕੀ ਸਿਗਨਲ ਆਉਂਦਾ ਉਹ ਇਹਨਾਂ ਨੂੰ ਕੀ ਇੰਸਟਰਕਸ਼ਨਾਂ ਦਿੰਦੀ ਆ ਉਹਦੇ ਉਹਨੂੰ ਵੀ ਧਿਆਨ 'ਚ ਰੱਖਣਾ ਪੈਂਦਾ ਮੈਨੂੰ ਲੱਗਦਾ ਕਿ ਇਹ ਜਿਹੜੀ ਇਹਨਾਂ ਦੀ ਦੋਵਾਂ ਬੇੜੀਆਂ 'ਚ ਪੈਰ ਰੱਖਣ ਵਾਲੀ ਹਮੇਸ਼ਾ ਪਾਲਿਸੀ ਰਹੀ ਹੈ ਜੇ ਨਾ ਰੱਖਦੇ ਉਹਦਾ ਫਾਇਦਾ ਤਾਂ ਚਲੋ ਕੁਛ ਵਕਤੀ ਤੌਰ 'ਤੇ ਜ਼ਰੂਰ ਹੋਇਆ ਲੌਂਗ ਰਨ ਦੇ ਵਿੱਚ ਇਹਨਾਂ ਨੂੰ ਪਰਮਾਨੈਂਟ ਨੁਕਸਾਨ ਹੋਇਆ ਮੈਂ ਬਾਰ ਬਾਰ ਚੈਨਲਾਂ 'ਤੇ ਜਾ ਕੇ ਕਹਿੰਦਾ ਕਿ ਇੱਕੋ ਇੱਕ ਸਾਡੇ ਕੋਲ ਮਜ਼ਬੂਤ ਰੀਜਨਲ ਪਾਰਟੀ ਸੀ ਜਿਹੜੀ ਇੱਥੇ ਦੇ ਸੰਘੀ ਢਾਂਚੇ ਦੀ ਗੱਲ ਕਰਦੀ ਸੀ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕਰਦੀ ਸੀ ਹੁਣ ਉਹ ਜਿੰਨੇ ਬਿਆਨ ਉਹਨਾਂ ਦੇ ਆਉਂਦੇ ਆ ਕੋਈ ਕਿਸੇ ਕਿਸਮ ਦੀ ਰੀਜਨਲ ਪਾਰਟੀ ਵਾਲੇ ਨਹੀਂ ਇਹਨਾਂ ਨਾਲੋਂ ਤਾਂ ਸਮਾਜਵਾਦੀ ਪਾਰਟੀ ਜਾਂ ਜਿਹੜੀ ਹੋਰ ਛੋਟੀਆਂ ਛੋਟੀਆਂ ਪਾਰਟੀਆਂ ਉਹ ਜ਼ਿਆਦਾ ਉਹੋ ਜਿਹੇ ਬਿਆਨ ਦੇ ਰਹੀਆਂ ਆ ਰਾਦਰ ਕਿ ਇੰਨੀਆਂ ਗਊ ਹੱਤਿਆ ਹੋਈਆਂ ਜਿਹੜੀਆਂ ਮੌਬ ਲਿੰਚਿੰਗ ਹੋਈਆਂ ਹੋਰ ਕਈ ਕੁਛ ਹੋਇਆ ਦੇਸ਼ ਦੇ ਅੰਦਰ ਉਹਦੇ 'ਤੇ ਜੋ ਕੋਈ ਉਹਨਾਂ ਦਾ ਪੋਜ਼ਿਟਿਵ ਬਿਆਨ ਨਹੀਂ ਜਿਹੜਾ ਘੱਟ ਗਿਣਤੀਆਂ ਦੇ ਹੱਕ 'ਚ ਹੋਏ ਉਹਦੇ ਨਾਲ ਰਿਜ਼ਲਟ ਇਹ ਨਿਕਲ ਰਿਹਾ ਕਿ ਪਾਰਟੀ ਹੌਲੀ 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 ਉਹਨਾਂ ਲੋਕਾਂ ਕੋਲ ਆਪਣੀ ਸ਼ੈਲਟਰ ਲੈਣ ਚਲੇ ਗਈ ਬੀਜੇਪੀ ਕੋਲ ਲੈਣ ਚਲੇ ਗਈ ਸੱਚੇ ਸੌਦੇ ਕੋਲ ਲੈਣ ਲਈ ਚਲੇ ਗਈ ਆਪਣੇ ਕੇਡਰ ਨੂੰ ਛੱਡ ਗਈ ਗਰਾਊਂਡ ਛੱਡ ਗਈ ਅਤੇ ਉਹਦੇ ਲਈ ਹੁਣ ਉਹਨਾਂ ਨੂੰ ਇੱਕ ਵਾਰੀ ਜੋਸ਼ ਭਰਨ ਲਈ ਇੱਕ ਹਿੰਮਤ ਭਰਨ ਲਈ ਫਰੰਟ ਤੋਂ ਲੀਡ ਖੁਦ ਉਹਨਾਂ ਨੂੰ ਕਰਨਾ ਪਿਆ ਤਾਰੀ ਸਾਹਿਬ ਸਵਾਲ ਇਹ ਹੈਗਾ ਕਿ ਖੁਦ ਪ੍ਰਕਾਸ਼ ਸਿੰਘ ਬਾਦਲ ਇੱਕ ਵੱਡਾ ਫੇਸ ਅਕਾਲੀ ਦਲ ਦਾ 5 ਵਾਰ ਮੁੱਖ ਮੰਤਰੀ ਰਹੇ ਹੈਗੇ ਆ ਉਹਨਾਂ ਦੇ ਨਾਮ 'ਤੇ ਵੋਟਾਂ ਮੰਗੀਆਂ ਜਾ ਸਕਦੀਆਂ ਪਰ ਤੁਸੀਂ ਅੱਜ ਕੱਲ੍ਹ ਮਿਸਟਰ ਮੋਦੀ ਦੇ ਨਾਂ 'ਤੇ ਵੋਟਾਂ ਮੰਗ ਰਹੇ ਹੋ ਇਹਦਾ ਮਤਲਬ ਬਾਦਲ ਫੈਮਿਲੀ ਨੂੰ ਜਾਂ ਅਕਾਲੀ ਦਲ ਨੂੰ ਬਾਦਲ ਪਰਿਵਾਰ 'ਤੇ ਭਰੋਸਾ ਨਹੀਂ ਰਿਹਾ ਕਿ ਉਹਨਾਂ ਦੇ ਨਾਮ 'ਤੇ ਵੋਟਾਂ ਮੰਗੀਆਂ ਜਾਣ ਨਹੀਂ 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 ਦੇਖੋ ਤੁਸੀਂ ਸਾਨੂੰ ਵੱਖ ਵੱਖ ਕਿਉਂ ਦੇਖ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦਾ ਇੱਕ ਐਸਾ ਸਾਂਝ ਹੈ ਐਸਾ ਇੱਕ ਰਿਸ਼ਤਾ ਹੈਗਾ
ਜਿਹਨੇ ਹਮੇਸ਼ਾ ਹੀ ਜੇ ਇੱਕ ਸਟੇਜ ਤੋਂ ਨਾਰਾ ਵੀ ਲੱਗਿਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਹਿੰਦੂਤਵ ਦੇ ਏਜੰਡੇ ਤੇ ਵੋਟਾਂ ਮੰਗ ਰਹੀ ਹੈ ਬਿਲਕੁਲ ਨਹੀਂ ਕੋਈ ਹਿੰਦੂਤਵ ਨਹੀਂ ਬਿਲਕੁਲ ਨਹੀਂ ਤੰਗ ਕਰਦਾ ਦੇਖੋ ਸੈਂਟਰ ਦੇ ਵਿੱਚ ਪਾਲਿਸੀ ਹੋਰ ਹੈਗੀ ਆ ਸਟੇਟ ਦੇ ਵਿੱਚ ਪਾਲਿਸੀ ਹੋਰ ਨਹੀਂ ਮੋਦੀ ਸਾਹਿਬ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ ਦਾ ਮਤਲਬ ਕੀ ਹੈ ਬਿਲਕੁਲ ਨਹੀਂ ਮੋਦੀ ਸਾਹਿਬ ਦੇ ਨਾਂ ਦਾ ਮਤਲਬ ਇਹਦਾ ਮਤਲਬ ਤੁਸੀਂ ਆਦਾ ਏਜੰਡਾ ਛੱਡਤਾ ਬਿਲਕੁਲ ਨਹੀਂ ਮੰਗ ਰਹੇ ਹੋ ਅਸੀਂ ਬਿਲਕੁਲ ਨਹੀਂ ਮੋਦੀ ਸਾਹਿਬ ਦੇ ਨਾਂ ਤੇ ਵੋਟਾਂ ਮੰਗ ਰਹੇ ਅਸੀਂ ਲੋਕਾਂ ਦੇ ਕਰੇ ਹੋਏ ਕੰਮਾਂ ਦੀ ਇਹਦਾ ਮਤਲਬ ਅਕਾਲੀ ਦਲ ਪੰਥਕ ਏਜੰਡੇ ਤੋਂ ਪਾਸੇ ਹੋ ਗਈ ਹੈ ਬਿਲਕੁਲ ਨਹੀਂ ਏਜੰਡੇ ਤੋਂ ਸਾਡਾ ਹਮੇਸ਼ਾ ਪੰਥਕ ਏਜੰਡਾ ਜਿਹੜਾ ਉਹ ਸਾਡਾ ਹਮੇਸ਼ਾ ਕਾਇਮ ਹੈ ਐਕਚੁਅਲੀ ਤੁਸੀਂ ਇਹਨਾਂ ਦੀ ਹਿਸਟਰੀ ਦੇਖੋ ਅਕਾਲੀ ਦਲ ਦੀ ਬਾਦਲ ਕਿਆਂ ਦੀ ਇਹ ਕਦੇ ਤਾਂ ਚੰਡੀਗੜ੍ਹ 'ਤੇ ਵੋਟਾਂ ਮੰਗਦੇ ਸੀ ਕਦੇ ਰਿਵਰ ਬੈਟਰਸ 'ਤੇ ਮੰਗਦੇ ਸੀ ਕਦੇ ਇਹ ਲੈਂਗੁਏਜ 'ਤੇ ਮੰਗਦੇ ਸੀ ਲਿੰਗੁਇਸਟਿਕ ਉਹਦੇ 'ਤੇ ਏਰੀਆਜ਼ 'ਤੇ ਕਦੇ ਇਹ ਇਹਨਾਂ ਇਸ਼ੂਜ਼ 'ਤੇ ਪੰਜਾਬੀ ਸੂਬੇ 'ਤੇ ਠੀਕ ਹੈ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਬਾਦਲ ਕੇ ਜਿਹੜੇ ਨੇ ਇਹ ਟੋਟਲੀ ਐਕਸਪੋਜ਼ ਹੋ ਚੁੱਕੇ ਨੇ ਇਹਨਾਂ ਦੀਆਂ ਕਰਤੂਤਾਂ ਇਹਨਾਂ ਦੀ ਕਾਰਸਤਾਨੀਆਂ ਐਸੀਆਂ ਰਹੀਆਂ ਨੇ ਕਿ ਦੇ ਸਟੈਂਡ ਟੋਟਲੀ ਐਕਸਪੋਜ਼ਡ ਕਿ ਇਹਨਾਂ ਕੋਲ ਇਸ਼ੂ ਹੀ ਕੋਈ ਨਹੀਂ ਰਿਹਾ ਹੁਣ ਇਹਨਾਂ ਕੋਲ ਸਿਵਾਏ ਮੋਦੀ ਦੀ ਕੁੱਛੜ 'ਚ ਬਹਿ ਕੇ ਹਿੰਦੂਤਵ ਦੇ ਏਜੰਡੇ 'ਤੇ ਵੋਟਾਂ ਮੰਗਣ ਤੋਂ ਇਲਾਵਾ ਇਹਨਾਂ ਕੋਲ ਕੋਈ ਏਜੰਡਾ ਨਹੀਂ ਹੈਗਾ That is why. ਪਰ ਬਣੀ ਸੰਧੂ ਤੁਹਾਡੇ ਤੇ ਇਲਜ਼ਾਮ ਹੈ ਕਿ ਤੁਸੀਂ ਇਹਨਾਂ ਦਾ ਏਜੰਡਾ ਚੋਰੀ ਕਰਕੇ ਤੁਸੀਂ ਇਹਨਾਂ ਉਸ ਏਜੰਡੇ ਤੇ ਵੋਟਾਂ ਮੰਗਦੇ ਪਏ ਹੋ ਅਸੀਂ ਇਹਨਾਂ ਤੋਂ ਕਿਹੜਾ ਏਜੰਡਾ ਅਸੀਂ ਤਾਂ ਇਹਨਾਂ ਦੀਆਂ ਨੋਨ ਡਿਲੀਵਰੀ ਇੰਨੀ ਹੈ ਪਿਛਲੇ 5 ਸਾਲ ਦੇ ਵਿੱਚ ਮੋਦੀ ਦੀ ਔਰ 10 ਸਾਲ ਦੇ ਵਿੱਚ ਅਕਾਲੀ ਦਲ ਨੇ ਜੋ ਪੰਜਾਬ ਦਾ ਸਤਿਆਨਾਸ ਕੀਤਾ ਸਾਨੂੰ ਤਾਂ ਅਜੇ ਉਹੀ ਸੰਭਾਲਣਾ ਔਖਾ ਹੋ ਰਿਹਾ ਅਤੇ ਉਸੇ ਦੇ ਮੁੱਦੇ 'ਤੇ ਲੋਕਾਂ ਨੇ ਆਪੇ ਇਹਨਾਂ ਨੂੰ ਪਾਰਟੀਆਂ ਇਹ ਅਕਾਲੀ ਦਲ ਨੂੰ ਪੰਜਾਬ 'ਚੋਂ ਜ਼ੀਰੋ ਕਰ ਦੇਣਾ ਦੇਖ ਲਓ ਬਨੀ ਸੰਧੂ ਜੀ ਬੜੇ ਉਹਦੇ ਨਾਲ ਗੱਲ ਕਰ ਰਹੇ ਆ ਦੂਸਰੇ ਤੇ ਚਿੱਕੜ ਸਿੱਟਣਾ ਬੜਾ ਸੌਖਾ ਹੁੰਦਾ ਮੈਂ ਤਾਂ ਸਿੱਟਿਆ ਹੀ ਨਹੀਂ ਮੈਂ ਕਹਿ ਰਿਹਾ ਸਿੱਟ ਰਹੇ ਆ ਮੈਂ ਤਾਂ ਇਹ ਕਹਿ ਰਿਹਾ ਤੁਸੀਂ ਆਪਣੀ ਕਾਂਗਰਸ ਦੀ ਕਾਰਗੁਜ਼ਾਰੀ ਦੱਸੋ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਵਾਪਸ ਆ ਰਿਹਾ ਤੁਹਾਡੇ ਕੋਲ ਮਿਸਟਰ ਧਾਰਨੀ ਗੱਲ ਪੂਰੀ ਕਰੋ ਆਪਣੀ ਦੇਖੋ ਕਾਂਗਰਸ ਨੇ ਹਮੇਸ਼ਾ ਹੀ ਸਾਰੇ ਦੇਸ਼ ਨੂੰ ਲੁੱਟਿਆ ਕੁੱਟਿਆ ਗਰੀਬੀ ਦੇ ਨਾਂ ਤੇ ਕਦੇ ਵੋਟਾਂ ਮੰਗੀਆਂ ਕਦੇ ਕੱਸਦੇ 60-70 ਸਾਲ ਹੋ ਗਏ ਇਹਨਾਂ ਨੂੰ ਜਿਹੜਾ ਹੈਗਾ ਦੇਸ਼ ਨੂੰ ਲੁੱਟਦਿਆਂ ਨੂੰ ਔਰ ਲੋਕਾਂ ਦੇ ਕਰਦਿਆਂ ਨੂੰ ਅੱਜ ਇਹ ਜੇ 5 ਸਾਲ ਦੇ ਵਿੱਚ ਕੋਈ ਦੇਸ਼ ਦੀ ਸਥਿਤੀ ਸੁਧਰੀ ਹੈਗੀ ਆ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਮਤਲਬ ਤਾਂ ਤੁਹਾਨੂੰ ਮੋਦੀ ਸਾਹਿਬ ਦੇ ਨਾਂ ਤੇ ਵੋਟਾਂ ਮੰਗਣੀਆਂ ਪੈ ਰਹੀਆਂ ਨਹੀਂ ਬਿਲਕੁਲ ਨਹੀਂ ਮੰਗ ਰਹੇ ਅਸੀਂ ਆਪਣੇ ਪੰਜਾਬ ਦੇ ਮੋਦੀ ਸਾਹਿਬ ਦੇ ਨਾਂ ਤੇ ਵੋਟਾਂ ਨਹੀਂ ਮੰਗ ਰਹੇ ਬਿਲਕੁਲ ਨਹੀਂ ਮੋਦੀ ਸਾਹਿਬ ਦੇ ਨਾਂ ਤੇ ਵੋਟਾਂ ਨਹੀਂ ਮੰਗ ਰਹੇ ਅਕਾਲੀ ਦਲ ਸਾਡੀ ਭਾਈਵਾਲ ਪਾਰਟੀ ਆ ਮੋਦੀ ਨੇ ਸਾਡੀ ਭਾਈਵਾਲ ਦੇਖੋ ਮੇਰੀ ਗੱਲ ਸੁਣੋ ਮੋਦੀ ਨੇ ਕੁਝ ਨਹੀਂ ਕੀਤਾ ਇੱਕ ਮਿੰਟ ਠਹਿਰੋ ਜੋ ਕੀਤਾ ਬਾਦਲ ਨੇ ਕੀਤਾ ਇਹ ਗੱਲ ਦੇ ਵਿੱਚ ਤੁਸੀਂ ਸੰਧੂ ਸਾਹਿਬ ਵਿੱਚ ਬੋਲੀ ਜਾਂਦੇ ਬੋਲੋ ਮੈਂ ਇੱਕੋ ਬੇਨਤੀ ਕਰਦਾ ਕਿ ਤੁਸੀਂ ਡੁੰਘਾਈ ਦੇ ਵਿੱਚ ਵੜ ਕੇ ਦੇਖੋ ਕਾਂਗਰਸ ਨੇ ਕਿਹੜੇ ਸਾਲ ਦੇ ਵਿੱਚ ਮਿਗ ਖਰੀਦੇ ਸੀ ਉਹਨਾਂ ਦੀ ਹਾਲਤ ਕੀ ਹੈਗੀ ਹੈ ਸਾਡੇ ਦੇਸ਼ ਦਾ ਹਾਲ ਕੀ ਹੋਇਆ ਮੈਂ ਉਹੀ ਕਹਿ ਰਿਹਾ ਸੀਗਾ ਜੋ ਰਾਸ਼ਟਰਵਾਦ ਦਾ ਏਜੰਡਾ ਉਹਨਾਂ ਦਾ ਤੁਸੀਂ ਉਹ ਅਡਾਪਟ ਕਰ ਲਿਆ ਜੇ ਪਿਛਲੇ 5 ਸਾਲ ਦੇ ਵਿੱਚ ਮੋਦੀ ਸਾਹਿਬ ਨੇ ਇਹ ਗੱਲ ਕਰੀ ਹੈਗੀ ਆ ਦੇਸ਼ ਨੂੰ ਬਚਾਉਣ ਵਾਸਤੇ ਔਰ ਪਾਕਿਸਤਾਨ ਨੂੰ ਠੀਕ ਹੈ ਠੀਕ ਹੈ ਬਾਦਲ ਕੇ ਮੋਦੀ ਕਰਦੇ ਫਿਰਦੇ ਠੀਕ ਹੈ ਸਗੜਾ ਸਾਹਿਬ ਤੁਹਾਡੀ ਤੁਹਾਡੀ ਗੱਲ ਪੂਰੀ ਹੋ ਗਈ ਹੈ ਸਗੜਾ ਸਾਹਿਬ ਪੰਜਾਬ ਦੇ ਵਿੱਚੋਂ ਇਹ ਦੋ ਵੱਡੀਆਂ ਪਾਰਟੀਆਂ ਜਾਂ ਮੈਂ ਕਹੂੰਗਾ ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਚਾਹੇ ਸਹਿਯੋਗੀ ਹੈਗੇ ਉਹਨਾਂ ਨਾਲ ਸਵਾਲ ਇਹ ਹੈਗਾ ਦੋਨਾਂ ਦਾ ਏਜੰਡਾ ਜਿਹੜਾ ਆਪਸ ਵਿੱਚ ਮਿਲ ਗਿਆ ਹੈਗਾ ਅਲੱਗ ਅਲੱਗ ਏਜੰਡਾ ਜਿਹੜਾ ਰਹਿਣਾ ਚਾਹੀਦਾ ਸੀ ਜਿਵੇਂ ਸ਼ਿਵ ਸੈਨਾ ਦਾ ਅਲੱਗ ਏਜੰਡਾ ਹੈਗਾ ਜੋ ਹੋਰ ਪਾਰਟੀਆਂ ਅਲਾਇੰਸ ਹੈਗੇ NDA 'ਤੇ ਉਸ ਏਜੰਡੇ ਦੇ ਵਿੱਚ ਅਕਾਲੀ ਦਲ ਨੇ ਉਹਦਾ ਪੰਥਕ ਏਜੰਡਾ ਛੱਡਤਾ ਦੇਖੋ ਤੁਹਾਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਕਿਸੇ ਵੇਲੇ ਪੰਜਾਬ ਦੀ ਨੁਮਾਇੰਦਾ ਪਾਰਟੀ ਹੁੰਦੀ ਸੀਗੀ ਜਿਸ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਕਿਹਾ ਆ ਵੱਧ ਅਧਿਕਾਰਾਂ ਤੋਂ ਲੈ ਕੇ ਵੱਧ ਅਧਿਕਾਰਾਂ ਦੀ ਗੱਲ ਤੋਂ ਲੈ ਕੇ ਮਤਲਬ ਸ਼ੁਰੂ ਦੇ ਵਿੱਚ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਜਿਹੜੀਆਂ ਖੱਬੀਆਂ ਪਾਰਟੀਆਂ ਜਿਹੜੀ ਮੰਗ ਕਰਦੀਆਂ ਹੁੰਦੀਆਂ ਸੀ ਇਹਨਾਂ ਦੀਆਂ ਕਾਫੀ ਮੰਗਾਂ ਸਿਮੀਲਰ ਉਹੋ ਜਿਹੀਆਂ ਹੁੰਦੀਆਂ ਸੀਗੀਆਂ ਈਵਨ ਰੁਜ਼ਗਾਰ ਦੀ ਅਤੇ ਹੋਰ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਦੇ ਹਿੱਤ ਦੀਆਂ ਹੁੰਦੀਆਂ ਸੀਗੀਆਂ ਈਵਨ ਆਹ ਲਿੰਕ ਨਹਿਰ ਵਾਲੀ ਗੱਲ ਵੀ ਅਤੇ ਆਹ ਚੰਡੀਗੜ੍ਹ ਦੀ ਪੰਜਾਬ ਦੇ ਜਿਹੜੇ ਪੰਜਾਬੀ ਸੂਬਾ ਬਣਾਉਣ ਤੋਂ ਬਾਅਦ ਇਹ ਸਾਰੇ ਜਿਹੜੇ ਬਾਹਰ ਰਹਿ ਗਏ ਇਲਾਕੇ ਉਹ ਪੰਜਾਬ ਸ਼ਾਮਿਲ ਕਰਦੀ ਹੁਣ ਤਾਂ ਇਹਨਾਂ ਦੀ ਜ਼ਬਾਨ ਤੋਂ ਕਦੀ ਸੁਣੀਦਾ ਵੀ ਨਹੀਂ ਹੈਗਾ ਔਰ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਸਿੱਖ ਸੰਸਥਾਵਾਂ ਨੂੰ ਅੰਦਰੋਂ ਖੋਰਾ ਲਾਇਆ ਸੋ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੁਣ
भारतीय जनता पार्टी के नाम से या मोदी जी के नाम से वोटा मंगने लिए मजबूर हुए हो ही इस करके आने किया कुछ नहीं हाशिए तो चले गई है पार्टी कला बरगाड़ी कांड की गल इन्नी नहीं है ग्रंथ साहब की बेअदबी घटनावां हुई उद्दी इनकुआरी नहीं कराई दो ढाई साल पावरत रहे इनकुआरी करवाई है तो जस्टिस जोरा सिंह की रिपोर्ट नहीं खोली इन्होंने दो बच्चों का कतल होया चिट्टे दिन दर्जना फटल हो सतना वाहेगुरु का जाप कर रही संगत से अन्ने वाह गोलियां चलाईया इन्होंने तरह तरह घटनावां दे नाल इह पंजाब दे विचों आइसोलेट हो गए ते इस करके इन्हां कोल इन्होंने कुछ किया भी उहदे नाल ते वोटां मंगण ना हुण सिर्फ इह मोदी दा हथ फड़ के अपनी बेड़ी पार लाउणा चाहुंदे आ लोकां च फिर मकबूलीयत आ जावे किसे ना किसे दा पावर चाहीदी प्रकाश सिंह बादल चोणां लड़नगे देखो ये पार्टी का फैसला होंगे हाई कमांड का फैसला प्रकाश सिंह प्लीज प्रकाश सिंह बादल की जिन्नी उम्र है की उस उम्र के लिहाज नाल उन्हां दा मन करदा है कि चोणां विच उतरणगे ये किवें कहा जा सकता है तीन साल पहला आपां किवें प्रेडिक्शन कर सकते हैं ये पार्टी का फैसला होगा बादल साहब कोई पार्टी तो उपर नहीं है प्रधान है थापड़ा लेने वास्ते पार्टी के सरप्रस्त को सरप्रस्त ने उन्होंने प्रधान का जो है कोई आपस केडर है जिदे मुताबिक हुण तुसीं 3 साल पहलां पुछ रहे हो कि प्रकाश सिंह बादल इलेक्शन नहीं हुण उन्होंने चोणां लड़न तों मना करता ना केपी सिंह मैं एक 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 लाइन जिहड़ा सवाल है नाल सवाल ले लो सवाल गलत पुछ रहे हो मैनूं पुछो हां गलत पुछ रहे हो सही सही करा दो जिहड़ा प्रधान चुनिया जांदा हां जी ओ श्रोमणी अकाली दल दे प्रधान दी थैंक यू करदा तुसीं कितने दी गल्लां पुछ रहे हो इहनां तों उहनां दी एसजीपीसी दा प्रधान वी इहनां दी जेब चों पर्ची चों निकलदा जा के जद के एसजीपीसी दे मैंबरां नूं एसजीपीसी दा प्रधान चुनना चाहीदा हां जी तुसीं संगेड़ा साहब अपनी पार्टी संभालो ना ना असीं संभालांगे उहनूं देखो अकाली दल मेनू सेव कर रहा मैं तुम कह रहे मैं सवाल गलत किया मेनू सेव कर रहा पहली बार होया एक छोटा ब्रेक लेना ब्रेक तो वापस आवांगे बादल जोड़ी अकाली दल अज ते कल ब्रेक तो बाद वापस आके पूछांगे फिर सवाल की पंजाब चो बादल आउट हो जाएंगे सवाल एक पुछने बड़ा सवाल असी पुछने बादल जोड़ी के लोग सभा चोणां च खड़ना श्रोमणी अकाली दल का भविख की है प्रोफेसर मनजीत सिंह सवाल मैं जिहड़ा पुछिया सीगा प्रकाश सिंह बादल होरां दा भी कि वह 2022 विच चोणां लड़नगे ये कहिंदे सी 3 साल पहलां दा सवाल अज क्यों पुछा जा रहा अज इसलिए पुछा जा रहा जो असैंबली विच प्रकाश सिंह बादल कोलों जाया ना जाए तबीयत उन्हां दी ठीक ना होवे जदों प्रकाश सिंह बादल लोग सभा चोणां विचों उतरन तों मना कर देण उदों इह सवाल क्यों ना पुछा जाना चाहीदा जे मैनूं तुसीं निजी ओपीनियन पुछदे निजी ही मैं दे सकदा हां और जे जिहो जे राजनीतिक हालात उन्हां दे उत्ते रिफलैक्ट करके ते ओह चोणां नहीं लड़नगे क्योंकि वह बहुत बार कह चुके आ और उन्हां दी सेहत अलाउ नहीं करदी जिस तरह पिछे बिल्कुल तुहाडी गल ठीक है और पर राज पिछे जे उन्होंने बिल्कुल अपने आप नूं अलग कर लिया सी वो सरसे उत्थे वो फार्म ते चले गए सी पर जदों इत्थे उन्होंने लगा कि कोई एमरजेंसी है तो वो आके फिर दोबारा उन्होंने किन्ने महीने बाद उन्होंने प्रेस कॉन्फ्रेंस विच हां फिर कॉन्स्टिट्यूएंसी दे विच प्रचार वगैरह भी करना शुरू कर दिता ते मैनूं लगदा नहीं है कि उदों तक उदों कोई इहो जी गल होऊगी इहदा मतलब धारनी साहब नूं इह लगदा कि संकट मुक्कण वाला नहीं हैगा ਜਦੋਂ ਕਹਿ ਰਿਹਾ ਕਿ 3 ਸਾਲ ਬਾਅਦ ਦੱਸਾਂ ਸੰਕਟ ਹੈ ਨਹੀਂ ਕੋਈ ਇਹਦਾ ਮਤਲਬ ਇਹ ਬੰਦਾ ਸੰਕਟ ਮੁੱਕਣ ਵਾਲਾ ਨਹੀਂ ਇਹਨੇ ਸਾਡੇ ਸੰਕਟ ਹੈ ਕਿਹੜਾ ਨਹੀਂ ਨਹੀਂ ਸੰਕਟ ਬਹੁਤ ਹੈਗੇ ਸੰਕਟ ਬਹੁਤ ਹੈਗੇ ਮੈਂ ਦੱਸਦਾ ਧਾਰਨੀ ਜੀ ਧਾਰਨੀ ਜੀ ਧਾਰਨੀ ਜੀ ਮੈਂ ਜ਼ਿੰਮੇਵਾਰੀ ਨਾਲ ਔਰ ਬੜੇ ਦੁੱਖ ਨਾਲ ਮੇਰੀ ਆਲ ਸਿੰਪਥੀਜ਼ ਵਿਦ ਅਕਾਲੀ ਦਲ ਕੋਈ ਉਹਨਾਂ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਤੁਸੀਂ ਇੱਕ ਵੱਡੇ ਬੂਟੇ ਦੇ ਨਾਲ ਤੁਸੀਂ ਇੱਕ ਵੱਡੇ ਬੂਟੇ ਦੇ ਨਾਲ ਇਹੋ ਜੀ ਵੇਲ ਆਪਣੀ ਚੜ੍ਹਾ ਲਈ ਉਹ ਤੁਹਾਨੂੰ ਖਾਈ ਜਾਂਦਾ ਔਰ ਉਹ ਐਸ ਜੀ ਪੀ ਸੀ 'ਚ ਵੀ ਜਾ ਵੜੇ ਉਹ ਸਾਰੀ ਜਗ੍ਹਾ ਜਾ ਵੜੇ ਅਕਾਲੀ ਦਲ ਸਿੱਖੀ ਦਾ ਜਿਹੜਾ ਤੁਹਾਡਾ ਏਜੰਡਾ ਸੀ ਉਹ ਤਾਂ ਪਹਿਲਾਂ ਹੀ ਬੜਾ ਕਮਜ਼ੋਰ ਸੀ ਜਦੋਂ ਰਿਜ਼ਰਵੇਸ਼ਨ ਵਿੱਚ ਹੈਗੀ ਆ ਹਮੇਸ਼ਾ ਜਾਤੀਵਾਦ ਹੈ ਹੀ ਆ ਬਾਕੀ ਸਾਰਾ ਕੁਝ ਉਹ ਤਾਂ ਪਹਿਲਾਂ ਹੀ ਬੜਾ ਕਮਜ਼ੋਰ ਸੀ ਤੁਸੀਂ ਉਹਨਾਂ ਨਾਲ ਉਹਨਾਂ ਦੀ ਭਾਸ਼ਾ ਲਗਾਤਾਰ ਬੋਲ ਬੋਲ ਕੇ ਜੋ ਇਹ ਤੁਹਾਨੂੰ ਵਾਰ ਵਾਰ ਕੇ ਪੀ ਸਿੰਘ ਜੀ ਕਹਿਣਾ ਚਾਹੁੰਦੇ ਹੋ ਮੈਂ ਖੁੱਲ੍ਹ ਕੇ ਕਹਿੰਦਾ ਕਿ ਇਹ ਭਾਸ਼ਾ ਦਾ ਟੈਂਪਰੇਰੀ ਅਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਬੜਾ 4-5 ਟਰਮਾਂ ਦੇ ਵਿੱਚ ਲਾਹਾ ਲੈ ਲਿਆ ਹੁਣ ਉਹ ਜਦੋਂ ਐਨ ਬੂਟਾ ਸੁੱਕਣ ਵਾਲਾ ਹੁਣ ਉਹ ਘਰੇ ਬਹਿ ਗਏ ਅਤੇ ਹੁਣ ਗਾਂਹ ਜਿਹੜੀਆਂ ਮੁਸੀਬਤਾਂ ਸੁਖਬੀਰ ਬਾਦਲ ਲਈ ਤੁਹਾਡੇ ਹੋਰਨਾਂ ਲੀਡਰਾਂ ਲਈ ਇਹ ਟੁੱਟਿਆ ਐਵੇਂ ਨਹੀਂ ਅਕਾਲੀ ਦਲ ਉਹਦੇ ਅੰਦਰ ਇਹ ਪਹਿਲੀਆਂ ਵਾਲੀਆਂ ਗੱਲਾਂ ਨਹੀਂ ਹੈ
ਕਟੌੜਾ ਸਾਹਿਬ ਚਲੇ ਗਏ ਜਾਂ ਹੋਰ ਜਿਹੜੇ ਬਾਕੀ ਕੋਈ ਇਕੱਲਾ ਇਕੱਲਾ ਲੀਡਰ ਚਲਾ ਗਿਆ ਜਾਂ ਕੋਈ ਅਕਾਲੀ ਅੰਮ੍ਰਿਤਸਰ ਅਕਾਲੀ ਦਲ ਬਣ ਗਿਆ ਜਾਂ 1920 ਉਹ ਗੱਲਾਂ ਨਹੀਂ ਹੈ ਐਦ ਕੀ ਅਸਲ ਵਿੱਚ ਅਕਾਲੀ ਦਲ ਜਿਹੜਾ ਅੰਦਰੋਂ ਕਮਜ਼ੋਰ ਹੋਇਆ ਆ ਉਹਦਾ ਕਾਰਨ ਇਹ ਹੈ ਕਿ ਲਗਾਤਾਰ ਤੁਸੀਂ ਆਪਣੇ ਏਜੰਡੇ ਤੋਂ ਇੰਨਾ ਦੂਰ ਚਲੇ ਗਏ ਆ ਔਰ ਆਰਐਸਐਸ ਵਾਲੇ ਏਜੰਡੇ ਤੇ ਆ ਕੇ ਖੜੇ ਹੋ ਗਏ ਆ ਤੇ ਫਿਰ ਇਹ ਅਕਾਲੀ ਦਲ ਕਾਹਦਾ ਆ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਇੱਕ ਮਿੰਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੜੇ ਦੂਰਅੰਦੇਸ਼ੀ ਬੰਦੇ ਨੇ ਪਰਸਨਲ ਹਿੱਤ ਵਾਸਤੇ ਉਹ ਅੱਜ ਤੋਂ ਦੋ ਪੁਸ਼ਤਾਂ ਅੱਗੇ ਵੀ ਦੇਖ ਲੈਂਦੇ ਨੇ ਪਰਸਨਲ ਹਿੱਤ ਵਾਸਤੇ ਪੰਜਾਬ ਲਈ ਨਹੀਂ ਪਰਸਨਲ ਹਿੱਤ ਵਾਸਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਿਆ ਇਹ ਤੁਸੀਂ ਰਿਕਾਰਡ ਵੀ ਕਰ ਸਕਦੇ ਹੋ ਕੇਪੀ ਜੀ ਰਿਕਾਰਡ ਤੇ ਹੋ ਹੀ ਰਹੀ ਹੈ ਨਹੀਂ ਨਹੀਂ ਰਿਕਾਰਡ ਮਤਲਬ ਅੱਗੇ ਦੀ ਜੋ ਮੈਂ ਕਹਿਣ ਲੱਗਿਆ ਹਾਂ ਰਿਕਾਰਡ ਨਹੀਂ ਫਰਦਰ ਕਹਿ ਰਹੇ ਹਾਂ ਆ 20 ਦਿਨ ਦਾ ਕੈਂਪੇਨ ਹੈਗਾ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੋਨੋਂ ਆਪਣੇ ਪੁੱਤ ਤੋਂ ਆਪਣੀ ਨੂੰਹ ਤੋਂ ਵੱਧ ਕੈਂਪੇਨ ਨਾ ਕਰ ਦੇਣ ਤਾਂ ਮੈਨੂੰ ਕਹਿ ਦਿਓ ਇਹਨਾਂ ਤੋਂ ਵੱਧ ਕੈਂਪੇਨ ਕਰਨਗੇ ਦੋਨਾਂ ਤੋਂ ਲੇਕਿਨ ਉਹ ਆਪ ਇਲੈਕਸ਼ਨ ਨਹੀਂ ਲੜਨਗੇ ਕਿਉਂਕਿ ਉਹਨਾਂ ਨੂੰ ਦਿਸ ਰਿਹਾ ਆਈਨਾ ਸ਼ੀਸ਼ਾ ਦਿਸ ਰਿਹਾ ਵੀ ਅੱਗੇ ਕੀ ਹੋ ਰਿਹਾ ਉਹ ਹੁਣ ਆਪਣੇ ਇਸ ਪੜਾਅ 'ਚ ਜ਼ਿੰਦਗੀ ਦੇ ਇਸ ਪੜਾਅ ਦੇ ਵਿੱਚ ਹਾਰ ਮਹਿਸੂਸ ਆਪਣੇ ਆਪ ਨੂੰ ਨਹੀਂ ਦੇਖਣਾ ਚਾਹੁੰਦੇ ਹਾਰਿਆ ਹੋਇਆ ਨਹੀਂ ਦੇਖਣਾ ਚਾਹੁੰਦੇ ਤਾਰੇ ਸਾਹਿਬ ਬਹੁਤ ਇੱਕ ਵੈਲਿਡ ਪੁਆਇੰਟ ਹੈਗਾ ਇਹ ਇਸ ਵੈਲਿਡ ਪੁਆਇੰਟ ਤੇ ਤੁਸੀਂ ਕੋਈ ਕਮੈਂਟ ਕਰਨਾ ਚਾਹੋਗੇ ਕਿਸ ਵੈਲਿਡ ਪੁਆਇੰਟ ਤੇ ਜਿਹੜਾ ਮਨਪ੍ਰੀਤ ਬਣੀ ਸੰਧੂ ਨੇ ਗੱਲ ਕਹੀ ਹੈਗੀ ਆ ਵੀ ਪ੍ਰਕਾਸ਼ ਸਿੰਘ ਬਾਦਲ ਉਮਰ ਦੀ ਇਸ ਸਟੇਜ ਤੇ ਆਪਦੇ ਆਪ ਨੂੰ ਹਾਰਿਆ ਹੋਇਆ ਨਹੀਂ ਦੇਖਣਾ ਚਾਹੁੰਦੇ ਨਹੀਂ 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 ਤੁਸੀਂ ਐਵੇਂ ਮੈਂ ਪਹਿਲਾਂ ਵੀ ਇੱਕੋ ਗੱਲ ਕਹਿ ਕੇ ਹਟੇ ਆ ਤੁਸੀਂ ਕਿਆਫੇ ਲਾਈ ਜਾ ਰਹੇ ਆ 3 ਸਾਲ ਬਾਅਦ ਤੁਸੀਂ ਕਿਵੇਂ ਪ੍ਰੈਡਿਕਸ਼ਨ ਕਰ ਲਓਗੇ ਪਿਛਲੀ ਵੋਟਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਮੇਰੀ ਲਾਸਟ ਐਤਕੀ ਕਿਉਂ ਭੱਜੇ ਨੇ ਮਤਲਬ ਮੈਂ ਤਾਂ ਐਤਕੀ ਦੀ ਗੱਲ ਕਰ ਰਿਹਾ ਜੀ ਐਤਕੀ ਕਿਉਂ ਭੱਜੇ ਨੇ ਬਾਦਲ ਸਾਹਿਬ ਮੈਂ ਕੀ ਕਹਿੰਦਾ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਇੱਕ ਮਿੰਟ ਨਹੀਂ ਤਾਰੇ ਸਾਹਿਬ ਇੱਕ ਤਾਂ ਬਾਦਲ ਸਾਹਿਬ ਦਾ ਗੁਜਰਾਤ ਜਾਣਾ ਇੱਕ ਬਾਦਲ ਸਾਹਿਬ ਇਲੈਕਸ਼ਨ ਲੜਨ ਤੋਂ ਮਨਾ ਕਰਨਾ ਇਹਨਾਂ ਦੋਨਾਂ ਦਾ ਆਪਸ ਵਿੱਚ ਕਨੈਕਸ਼ਨ ਕੀ ਹੈਗਾ ਨਹੀਂ ਨਹੀਂ ਦੇਖੋ ਗੱਲ ਇਹ ਹੈਗਾ ਜਿਹੜੀ ਭਾਈਵਾਲ ਪਾਰਟੀ ਹੈਗੀ ਆ ਭਾਈਵਾਲੀ ਵਾਲ ਪਾਰਟੀ ਦੇ ਨਾਲ ਤੁਰਨਾ ਪੈਂਦਾ ਜੇ ਅਗਲੇ ਨੇ ਇਨਵਾਈਟ ਕਰਿਆ ਤਾਂ ਜਾਣਾ ਪਊਗਾ ਫਿਰ ਇਹਦਾ ਮਤਲਬ ਕੰਪੇਨ ਕਰ ਸਕਦੇ ਆ ਉਹ ਕਿਉਂ ਨਹੀਂ ਕਰ ਸਕਦੇ ਇਹਨਾਂ ਤੋਂ ਵੱਧ ਕਰਨਗੇ ਬਿਲਕੁਲ ਗੱਲ ਸੁਣੋ ਜੇ ਉਹਨਾਂ ਦੀ ਸਿਹਤ ਇਜਾਜ਼ਤ ਦਊਗੀ ਤਾਂ ਉਹ ਜ਼ਰੂਰ ਕੰਪੇਨ ਕਰਨਗੇ ਪਰ ਇਹ ਜਿਹੜਾ ਤੁਹਾਡਾ ਸੋਚਣਾ ਕਿ 3 ਸਾਲ ਨੂੰ ਉਹ ਇਲੈਕਸ਼ਨ ਲੜਨਗੇ ਕਿ ਨਹੀਂ ਲੜਨਗੇ ਇਹ ਕਿਵੇਂ ਪ੍ਰੈਡਿਕਟ ਕਰ ਲਈ ਹੈ ਪੁੱਤਰ ਨੂੰ ਤੋਂ ਵੱਧ ਕੈਂਪੇਨ ਕਰਨਗੇ ਠੀਕ ਹੈ ਲੇਕਿਨ ਉਹ ਇਲੈਕਸ਼ਨ ਨਹੀਂ ਲੜਨਗੇ ਮੇਰੇ ਚੰਗੀ ਗੱਲ ਹੈ ਕਮਾਲੀ ਸਾਡੇ ਵਾਲੇ ਪਹਿਲਾਂ ਜੋ ਨਹੀਂ ਨਿਕਲ ਰਹੇ ਸਿਆਸੀ ਰੀਜ਼ਨ ਦੱਸਣਾ ਮੈਂ ਸਿਆਸੀ ਰੀਜ਼ਨ ਹੈ ਇਸ ਗੱਲ ਦਾ ਦੇਖੋ ਸਪਸ਼ਟ ਜੀ ਗੱਲ ਹੈ ਜੋ ਮੇਰਾ ਜੋ ਮੇਰੀ ਸੋਚ ਹੈ ਉਹਦੇ ਹਿਸਾਬ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਪਹਿਲਾਂ ਗੱਲ ਹੋਈ ਹੈ ਜੇ ਸਿਹਤ ਅਲਾਓ ਕਰੇਗੀ ਤਾਂ ਜ਼ਰੂਰ ਪ੍ਰਚਾਰ ਕਰਨਗੇ ਪਰ ਉਹ ਇਲੈਕਸ਼ਨ ਨਹੀਂ ਲੜਨਗੇ ਕਿਉਂਕਿ ਉਹਨਾਂ ਦਾ ਇੱਕੋ ਇੱਕ ਪ੍ਰੋਗਰਾਮ ਸੀਗਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਟ੍ਰੇਨਡ ਕਰਕੇ ਸਾਰੇ ਜਿਹੜਾ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਹੈ ਉਹਦੀ ਕਮਾਂਡ ਛੋਟੇ ਬਾਦਲ ਸਾਹਿਬ ਦੇ ਹੱਥ 'ਚ ਦੇਣਾ ਸੁਖਬੀਰ ਬਾਦਲ ਜੀ ਦੇ ਹੱਥ 'ਚ ਦੇਣਾ ਐਂਡ ਸੁਖਬੀਰ ਬਾਦਲ ਹੈਜ਼ ਸਕਸੈਸਫੁਲੀ ਟੇਕਨ ਓਵਰ ਐਜ਼ ਫੁੱਲ ਫਲੈਜਡ ਚੀਫ ਆਫ ਸ਼੍ਰੋਮਣੀ ਅਕਾਲੀ ਦਲ ਉਹ ਇੰਨੀ ਦੇਰ ਤੋਂ ਸਕਸੈਸਫੁਲੀ ਸ਼੍ਰੋਮਣੀ ਅਕਾਲੀ ਦਲ ਨੂੰ ਚਲਾ ਰਹੇ ਆ ਸੋ ਬਾਦਲ ਸਾਹਿਬ ਦੁਬਾਰਾ ਉਹਨਾਂ ਨੂੰ ਉਹ ਮਤਲਬ ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹ ਤੁਹਾਨੂੰ ਲੱਗਦਾ ਕਿ ਬਾਦਲ ਸਾਹਿਬ ਦੁਬਾਰਾ ਚੋਣ ਮੈਦਾਨ ਵਿੱਚ ਕੁੱਦਣਗੇ ਨਹੀਂ ਨਹੀਂ ਕੁੱਦਣਗੇ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਵੀ ਵੈਸੇ ਵੀ ਤੁਸੀਂ ਦੇਖਦੇ ਹੀ ਹੋ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਕਮਾਂਡ ਲੈ ਲਈ ਆ ਉਹਨਾਂ ਨੇ ਨਾਲੇ ਇੱਕ ਮੈਂ ਹੋਰ ਵੀ ਗੱਲ ਕਹਿਣੀ ਚਾਹੁੰਦਾ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਦੇ ਲਈ ਹਾਸ਼ੀਏ 'ਤੇ ਚਲਾ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਰਿਲੀਫ ਦੀ ਗੱਲ ਹੈ ਜਿਹਦੇ 'ਚ ਉਹ ਮਤਲਬ ਅਜੇ ਉਹ ਆਪਣਾ ਧਿਆਨ ਰੱਖਣ ਤਾਂ ਦੁਬਾਰਾ ਉਹਦਾ ਰਿਵਾਈਵਲ ਹੋ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਅਜੇ ਤਾਂ ਕੋਈ ਸਫਲ ਨਹੀਂ ਹੋ ਸਕਿਆ ਜਿੱਦਾਂ ਟਕਸਾਲੀ ਅਕਾਲੀ ਇਹ ਵੀ ਫੇਲ ਹੋ ਗਏ ਆ ਹੋਰ ਕੋਈ ਵੀ ਜਿਹੜੀ ਇੰਡੀਪੈਂਡੈਂਟ ਕੋਈ ਸੰਸਥਾ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰ ਸਕਦੀ ਹੈ ਇਹਨਾਂ ਦੇ ਬਰਾਬਰ 'ਤੇ ਆ ਸਕਦੀ ਆ ਉਹ ਵੀ ਅਜੇ ਤੱਕ ਕੋਈ ਐਸਟੈਬਲਿਸ਼ ਨਹੀਂ ਹੋਈ ਸਮੇਂ ਦੇ ਵਿੱਚੋਂ ਕੋਈ ਐਸਟੈਬਲਿਸ਼ ਹੋ ਜਾਵੇ ਤਾਂ ਫਿਰ ਬਿਲਕੁਲ ਆਊਟ ਹੋ ਜਾਣਗੇ ਨਹੀਂ ਤਾਂ ਅਜੇ ਹਾਲ ਦੀ ਘੜੀ ਹੈ ਹਾਸ਼ੀਏ 'ਤੇ ਗਏ ਆ ਪਰ ਇਹਨਾਂ ਦਾ ਬਦਲ ਅਜੇ ਪੰਜਾਬ 'ਚ ਨਹੀਂ ਆਇਆ ਬਦਲ ਪੰਜਾਬ ਤੁਸੀਂ ਵੀ ਨਹੀਂ ਨਹੀਂ ਅਸੀਂ ਦੇਖੋ ਰੈਸ਼ਨਲ ਪੋਲਿਟਿਕਸ ਕਰਦੇ ਆ ਅਸੀਂ ਪੰਥਕ ਪਾਰਟੀ ਨਹੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਧਰਮ ਨਿਰਪੱਖ ਪਾਰਟੀਆਂ ਅਸੀਂ ਸਿਆਸੀ ਬਦਲ ਸਰਕਾਰ ਬਣਾਉਣ ਲਈ ਤੁਸੀਂ ਤਿਆਰ ਬੈਠੇ ਸੀ ਨਹੀਂ ਨਹੀਂ ਅਸੀਂ ਸਿਆਸੀ ਬਦਲ ਆ ਪੰਜਾਬ ਚ ਔਰ ਸਿਆਸੀ ਬਦਲ ਅਸੀਂ ਇਹਨਾਂ ਦੋਨੋਂ ਪਾਸੇ ਕਰਦੇ ਆ ਮੈਂ ਥੋੜਾ ਹੋਰ ਅੱਗੇ ਚੱਲ ਜਾ ਸਿਆਸੀ ਬਦਲ ਵੈਸੇ ਸਵਾਲ ਸਵਾਲ ਮੇਰਾ ਤੁਹਾਨੂੰ ਇਹ ਵੀ ਪਸੰਦ ਨਹੀਂ ਆਊਗਾ ਪ੍ਰਸਮਨ ਜੀ ਸਵਾਲ ਮੈਂ ਥੋੜਾ ਹੋਰ ਅੱਗੇ ਚੱਲ ਜਾ ਰਿਹਾ ਮੰਨ ਲਓ ਸਥਿਤੀ ਇਹ ਬਣਦੀ ਹੈ ਕਿ ਆਮ ਆਦਮੀ ਪਾਰਟੀ ਦੇ MLA ਜਿਹੜੇ ਅਸਤੀਫੇ ਦੇ ਚੁੱਕੇ ਆ ਜਾਂ ਜਿਨ੍ਹਾਂ ਦੇ ਅਸਤੀਫੇ ਦਵਾਉਣੇ ਹੈਗੇ ਆ ਇਹ ਦੀ ਸਥਿਤੀ ਬਦਲਦੀ ਆ LOP ਵਾਸਤੇ ਅਕਾਲੀ ਦਲ ਫਿਰ ਮੂਰੇ ਹੋ ਸਕਦਾ ਅਜੇ ਜਿਹੜੇ ਆ ਉਹ ਕਿਉਂਕਿ ਨੰਬਰ ਜਿਹੜਾ ਉਹਨਾਂ ਘੱਟ ਨਹੀਂ ਰਿਹਾ ਹੈਗਾ ਜੇ ਉਹ ਬਿਲਕੁਲ ਸਾਰੇ ਰਿਜ਼ਾਈਨ ਕਰ ਦੇਣ ਮੰਨ ਲਓ ਹਾਈਪੋਥੈਟਿਕਲ ਮੈਂ ਉਸ ਲੀਗਲ ਐਂਗਲ ਦੀ ਗੱਲ ਕਰ ਰਿਹਾ ਨਾਲ ਹਾਂ ਨਹੀਂ ਫਿਰ ਤੇ ਨੰਬਰ ਇਹਨਾਂ ਦਾ ਘੱਟ ਜਾਊਗਾ
ਬਿਲਕੁਲ ਨੰਬਰ ਘਟੂਗਾ, ਫਿਰ ਉਹ ਬਣ ਗਏ ਆ ਲੋਕ। ਕੌਣ ਰਿਜ਼ਾਈਨ ਕਰੂਗਾ? ਇੰਨੇ ਡਿੰਗਾ ਮਾਰਦੇ ਸੀ, ਅਜੇ ਤੱਕ ਸੁਖਪਾਲ ਸਿੰਘ ਖਹਿਰਾ ਨੇ ਤਾਂ ਛੱਡਿਆ ਨਹੀਂ ਇੱਕ ਹੱਥ। ਜਿਨ੍ਹਾਂ ਰਿਜ਼ਾਈਨ ਕੀਤਾ ਤੁਸੀਂ ਮੰਨ ਲਿਆ ਉਹਦਾ, ਜਿਨ੍ਹਾਂ ਨੇ ਰਿਜ਼ਾਈਨ ਕੀਤਾ ਸੰਗੜਾ ਸਾਹਿਬ, ਤੁਸੀਂ ਜਾ ਕੇ ਵਿਧਾਨ ਸਭਾ ਸਪੀਕਰ ਨੂੰ ਦੇ ਆਏ। ਹਾਂ ਬਿਲਕੁਲ ਦੇ ਆਏ ਆ, ਦੇ ਆਏ ਹੋ। ਮਾਸਟਰ ਬਲਦੇਵ ਸਿੰਘ ਦਾ ਦਿੱਤਾ, ਇੱਕ ਮਿੰਟ, ਮਾਸਟਰ ਬਲਦੇਵ ਸਿੰਘ ਦਾ ਦਿੱਤਾ, ਦੇਖੋ ਮਾਸਟਰ ਬਲਦੇਵ ਸਿੰਘ ਦਾ ਦਿੱਤਾ, ਮਾਸਟਰ ਬਲਦੇਵ ਸਿੰਘ ਦਾ ਵਿਧਾਨ ਸਭਾ ਸਪੀਕਰ ਕੋਲ ਰਿਜ਼ਾਈਨ ਪਹੁੰਚ ਚੁੱਕਿਆ। ਸੁਖਪਾਲ ਸਿੰਘ ਖਹਿਰਾ ਨੇ ਲਿਖ ਕੇ ਦਿੱਤਾ, ਤੁਸੀਂ ਕੇਪੀ ਸਿੰਘ ਜੀ ਮੇਰੀ ਗੱਲ ਸੁਣੋ, ਸੁਖਪਾਲ ਸਿੰਘ ਖਹਿਰਾ ਦਾ ਹੋ ਗਿਆ, ਤੁਸੀਂ ਵਿਧਾਨ ਸਭਾ ਦੇ ਸਪੀਕਰ ਨੂੰ ਪੁੱਛੋ ਜਿਹੜਾ ਕਹਿ ਰਿਹਾ ਨੋਟਿਸ ਨਹੀਂ ਮਿਲਿਆ ਜਦੋਂ ਅਖਬਾਰ 'ਚ ਆ ਗਿਆ। ਇੱਕ ਅੱਜ ਕੱਲ੍ਹ ਦੇ ਇਲੈਕਟ੍ਰੋਨਿਕਸ ਜ਼ਮਾਨੇ 'ਚ ਈਮੇਲ ਚਲੇਗੀ ਜਾਂ ਟੈਕਸਟ ਚਲੇ ਗਿਆ, ਨੋਟਿਸ ਸਰਡ। ਧਰਮ ਤੇ ਆਪਣੇ ਧਾਰਨੀ ਸਾਹਿਬ ਬੈਠੇ ਆ ਵਕੀਲ ਨੇ, ਇਹ ਇਹਨਾਂ ਨੇ ਗੰਦ ਪਾਇਆ ਹੋਇਆ ਸਾਰਾ, ਰਲ ਮਿਲ ਕੇ ਖੇਡ ਰਹੇ ਆ ਪਹਿਲਾਂ ਤੋਂ ਹੀ। ਹਾਂ ਬਿਲਕੁਲ, ਕਿਉਂ ਨਾ ਨੋਟਿਸ ਕਿੱਦਾਂ ਸਰ ਹੁੰਦਾ ਅਖਬਾਰ 'ਚ, ਅਖਬਾਰਾਂ 'ਚ ਆ ਗਿਆ, ਜੇ ਕੋਈ ਨੋਟਿਸ ਨਹੀਂ ਦਿੰਦਾ ਅਖਬਾਰਾਂ 'ਚ ਆ ਗਿਆ, ਪੰਜਾਬ 'ਚੋਂ ਬਾਦਲ ਆਊਟ ਹੋ ਜਾਣਗੇ। ਮੈਂ ਮੂਲ ਸਵਾਲ ਤੇ ਆ ਰਿਹਾ, ਦੇਖੋ ਬਾਦਲ ਸਾਹਿਬ ਸਾਰੀ ਉਮਰ ਪੰਥ ਦੇ ਏਜੰਡੇ ਤੇ ਇਲੈਕਸ਼ਨ ਲੜਦੇ ਰਹੇ ਨੇ, ਐਤਕੀ ਉਹ ਪੰਥ ਦੇ ਮੁੱਦੇ ਤੇ ਹੀ ਐਕਸਪੋਜ਼ ਹੋ ਗਏ, ਕਿਉਂਕਿ ਪੰਥ ਨੇ ਹੀ ਬਾਦਲ ਸਾਹਿਬ ਨੂੰ ਨਕਾਰਤਾ। ਅੱਜ ਪੰਥ ਨੂੰ ਬਾਦਲ ਦੇ ਵਿੱਚ ਅਕਾਲੀ ਨਹੀਂ ਦਿਸਦਾ, ਉਹਨਾਂ ਨੂੰ ਅਬਦਾਲੀ ਦਿਸਦਾ। ਫਸ ਗਏ ਆ ਪੰਥ ਦੇ ਵਿੱਚ। ਤਾਰੇ ਸਾਹਿਬ, ਬਾਦਲਾਂ ਦਾ ਬਦਲ ਕੋਈ ਹੈ ਅਕਾਲੀ ਦਲ ਕੋਲੇ? ਦੇਖੋ, ਬਾਦਲਾਂ ਦਾ ਬਦਲ ਨਹੀਂ, ਸ਼੍ਰੋਮਣੀ ਅਕਾਲੀ ਦਲ ਦਾ ਕੋਈ ਬਦਲ ਨਹੀਂ ਹੈਗਾ, ਮੈਂ ਇਹ ਗੱਲ ਕਹਿਣਾ। ਦੇਖੋ, ਪਾਰਟੀ ਦਾ ਪ੍ਰਧਾਨ ਕੋਈ ਵੀ ਹੋ ਸਕਦਾ, ਏ ਬੀ ਸੀ ਡੀ ਕੋਈ ਵੀ ਹੋ ਸਕਦਾ, ਪਰ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਕੋਈ ਨਹੀਂ ਹੈਗਾ। ਅਕਾਲੀ ਦਲ ਨੇ ਪੂਰੀ ਮਿਹਨਤ ਕੀਤੀ ਆ ਕਿ ਉਹ ਆਪਣੇ ਆਪ ਨੂੰ ਕਿਵੇਂ ਇੱਥੋਂ ਕਮਜ਼ੋਰ ਕਰ ਸਕਦੇ ਆ, ਉਸ ਏਜੰਡੇ 'ਤੇ ਜਾ ਕੇ ਜਿੱਥੇ ਇਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ, ਆਪਣੀ ਰੀਜਨਲ ਅਤੇ ਜਿਹੜੀ ਇੱਥੇ ਖੇਤਰੀ ਆਇਡੈਂਟੀ ਰੱਖਣੀ ਚਾਹੀਦੀ ਸੀਗੀ। ਪਰ ਇਹ ਗੱਲ ਵੀ ਠੀਕ ਹੈ ਕਿ ਹਾਲ ਦੀ ਘੜੀ ਉਹ ਜਿਹੜੀ ਜਗ੍ਹਾ ਖਾਲੀ ਦਿਖ ਰਹੀ ਆ, ਉਹਨੂੰ ਭਰਨ ਲਈ ਕੋਈ ਸਾਹਮਣੇ ਕੋਈ ਸੋਲਿਡ ਫੋਰਸ ਨਹੀਂ ਆਈ। ਤੀਜਾ ਫਰੰਟ, PDA, ਜੇ ਉਹ ਸਾਰਾ ਅਜੇ ਕੋਈ ਉਹ ਸੋਲਿਡ ਨਹੀਂ ਆਇਆ। ਜਿੱਦਣ ਆ ਗਿਆ ਤੇ ਤੁਸੀਂ ਦੇਖਿਓ ਪੰਜਾਬ ਦੇ ਵਿੱਚ ਇੱਕ ਇਹਨਾਂ ਲਈ ਇੱਕ ਨਵਾਂ ਸੰਕਟ, ਨਵੀਂ ਚੁਣੌਤੀ ਖੜੀ ਹੋ। ਮੈਂ ਪ੍ਰਸਮਨ ਜੀ ਸੇ ਚਰਚਾ ਸਮਾਪਤ ਕਰਨੀ ਹੈ। ਮੈਂ ਇੱਕ ਲਾਸਟ ਮਿੰਟ ਚਾਹੁੰਦਾ, ਮੈਂ ਸਵਾਲ ਕੀਤਾ ਸੀ ਕਿ ਪੰਜਾਬ 'ਚੋਂ ਬਾਦਲ ਆਊਟ ਹੋ ਜਾਣਗੇ, ਮੈਂ ਉਹ ਸਵਾਲ ਭੁੱਖ ਦੀ ਗੋਦ ਵਿੱਚ ਛੱਡਦਾ। ਮੈਂ ਸਵਾਲ ਪੁੱਛ ਰਿਹਾ ਕਿ ਪੰਜਾਬ ਵਿੱਚੋਂ ਅਕਾਲੀ ਦਲ ਦਾ ਏਜੰਡਾ ਗਾਇਬ ਹੋ ਗਿਆ, ਆਊਟ ਹੋ ਗਿਆ? ਬਿਲਕੁਲ, ਉਹ ਤਾਂ ਖੁਦ ਹੀ ਕਹਿ ਰਿਹਾ ਗਿਆ, ਉਹ ਤਾਂ ਖੁਦ ਹੀ ਕਹਿ ਰਿਹਾ, ਅਸੀਂ ਉਹਨਾਂ ਦੇ ਇੰਨਾ 9 ਮਾਰਚ ਦਾ ਰਿਸ਼ਤਾ ਅਸੀਂ ਨਹੀਂ ਉਹਨਾਂ ਨੂੰ ਛੱਡ ਸਕਦੇ। ਬਹੁਤ ਧੰਨਵਾਦ ਪ੍ਰਸੰਨ ਜੀ, ਤੁਹਾਡਾ ਧਾਰਨੀ ਸਾਹਿਬ, ਤੁਹਾਡਾ ਮਨਪ੍ਰੀਤ ਬਣੀ ਸੰਧੂ, ਤੁਹਾਡਾ ਬਹੁਤ ਧੰਨਵਾਦ, ਜਗਤਾਰ ਸਿੰਘ ਸੰਗੇੜਾ, ਤੁਹਾਡਾ ਬਹੁਤ ਧੰਨਵਾਦ ਕਿ ਪੰਜਾਬ 'ਚੋਂ ਬਾਦਲ ਆਊਟ ਹੋ ਜਾਣ ਕੇ ਇਹ ਸਵਾਲ ਭੁੱਖ ਦੀ ਗੋਦ ਵਿੱਚ ਪਿਆ ਹੈਗਾ। ਪਰ ਇਸ ਵਕਤ ਜੋ ਅਕਾਲੀ ਦਲ ਸਿਆਸਤ ਕਰਦਾ ਸੀ, ਅਕਾਲੀ ਦਲ ਉਸ ਏਜੰਡੇ 'ਤੇ ਕਾਇਮ ਨਹੀਂ ਹੈਗਾ, ਇਹ ਸਾਨੂੰ ਸਾਰਿਆਂ ਨੂੰ ਦਿਖਦਾ ਪਿਆ ਹੈਗਾ। ਜੋ ਲੋਕ ਸਭਾ ਚੋਣਾਂ ਦਾ ਨਤੀਜਾ ਆਵੇਗਾ, ਉਦੋਂ ਪਤਾ ਲੱਗ ਜਾਵੇਗਾ ਕਿ ਬਾਦਲ ਚੋੜੀ ਕਿੱਥੇ ਖੜ੍ਹੀ ਹੈ ਅਤੇ ਅਕਾਲੀ ਦਲ ਕਿੱਥੇ ਖੜ੍ਹਾ ਅਤੇ ਇਹਨਾਂ ਦਾ ਭੁੱਖ ਹੈ ਕੀ ਆ। ਬਹੁਤ ਧੰਨਵਾਦ।